ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇਖ ਰਹੀ ਸਾਰੀ ਸੰਗਤ ਨੂੰ ਸਵਰਨ ਸਿੰਘ ਵੱਲੋਂ ਗੁਰਫਤਿਹ ਪ੍ਰਵਾਨ। ਸੰਗਤ ਜੀ, ਆਪ ਸਾਰਿਆਂ ਦਾ ਹਰਮਨ ਪਿਆਰਾ ਪ੍ਰੋਗਰਾਮ ਗਿਆਨ ਦੀ ਸਾਂਝ ਲੈ ਕੇ ਮੈਂ ਹਾਜ਼ਰ ਹਾਂ। ਅੱਜ ਬੜਾ ਭਾਗਾਂ ਭਰਿਆ ਦਿਨ ਹੈ। ਭਾਈ ਸਾਹਿਬ, ਭਾਈ ਲਹਿਣਾ ਜੀ ਜੋ ਗੁਰੂ ਅੰਗਦ ਦੇਵ ਜੀ ਦੇ ਰੂਪ ਦੇ ਵਿੱਚ ਗੁਰਤਾਗੱਦੀ ਦੇ ਬਿਰਾਜਮਾਨ ਹੋਏ, ਅੱਜ ਉਹਨਾਂ ਦਾ ਪਾਵਨ ਪ੍ਰਕਾਸ਼ ਪੁਰਬ ਹੈ। ਆਪ ਸਾਰੀਆਂ ਸੰਗਤਾਂ ਨੂੰ ਅਕਾਲ ਚੈਨਲ ਵੱਲੋਂ, ਮੇਰੇ ਵੱਲੋਂ ਸਾਹਿਬਾਂ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਬੇਅੰਤ ਵਧਾਈਆਂ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਔਰ ਉਹਨਾਂ ਦੁਆਰਾ ਕੀਤੇ ਹੋਏ ਮਹਾਨ ਕਾਰਜਾਂ ਬਾਰੇ ਅਸੀਂ ਅੱਜ ਗੱਲ ਕਰਾਂਗੇ। ਜੇਕਰ ਅਸੀਂ ਗੁਰੂ ਅੰਗਦ ਦੇਵ ਜੀ ਦੇ ਜੀਵਨ ਦੀ ਗੱਲ ਕਰੀਏ ਤਾਂ ਉਹਨਾਂ ਦੇ ਜੀਵਨ ਦੇ ਵਿੱਚ ਸਾਨੂੰ ਜੋ ਸਭ ਤੋਂ ਵੱਡੀ ਗੱਲ ਜਿਹੜੀ ਹੈ ਸਾਡੇ ਸਾਹਮਣੇ ਦ੍ਰਿਸ਼ਟੀਗੋਚਰ ਹੁੰਦੀ ਹੈ, ਉਹ ਹੈ ਹੁਕਮ ਨੂੰ ਮੰਨਣ ਦੀ। ਕਿਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਉਂਦੇ ਨੇ, ਗੁਰੂ ਸਾਹਿਬ ਜੀ ਦੇ ਹੁਕਮ ਮੰਨਦਿਆਂ ਹੋਇਆਂ ਲਹਿਣੇ ਤੋਂ ਅੰਗਦ ਦਾ ਰੁਤਬਾ ਹਾਸਲ ਕਰਦੇ ਨੇ ਅਤੇ ਜਿਸ ਵੇਲੇ ਉਹ ਅੰਗਦ ਦੇ ਰੂਪ ਦੇ ਵਿੱਚ ਗੁਰੂ ਅੰਗਦ ਦੀ ਤਰ੍ਹਾਂ ਗੁਰਤਾਗੱਦੀ 'ਤੇ ਬਿਰਾਜਮਾਨ ਹੁੰਦੇ ਨੇ ਅਤੇ ਉਹਨਾਂ ਦੇ ਬਾਅਦ ਉਹ ਜਿਹੜੇ ਮਹਾਨ ਕਾਰਜ ਕਰਦੇ ਨੇ, ਉਹ ਭਾਵੇਂ ਉਹ ਗੁਰਮੁਖੀ ਲਿਪੀ ਦੀ ਗੱਲ ਹੋਵੇ, ਭਾਵੇਂ ਉਹ ਗੁਰਮੁਖੀ ਲਿਪੀ ਦੇ ਪ੍ਰਚਾਰ ਦੀ ਗੱਲ ਹੋਵੇ, ਭਾਵੇਂ ਉਹ ਲੰਗਰ ਪ੍ਰਥਾ ਦੇ ਸਹੀ ਤਰੀਕੇ ਦੇ ਨਾਲ ਅੱਗੇ ਪ੍ਰਚਾਰਨ ਦੀ ਗੱਲ ਹੋਵੇ ਜਾਂ ਗੁਰਬਾਣੀ ਦੇ ਪ੍ਰਚਾਰ ਦੀ ਗੱਲ ਹੋਵੇ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੇ ਕਿਸ ਤਰ੍ਹਾਂ ਸੋਹਣੇ ਤਰੀਕੇ ਦੇ ਨਾਲ ਸਿੱਖੀ ਦਾ ਪ੍ਰਚਾਰ ਕਰਦਿਆਂ ਇਹ ਆਪਣੀ ਸਾਰੀ ਜ਼ਿੰਮੇਵਾਰੀ ਨੂੰ ਸੰਭਾਲਿਆ। ਅੱਜ ਦੇ ਇਸ ਪ੍ਰੋਗਰਾਮ ਰਾਹੀਂ, ਗਿਆਨ ਦੀ ਸਾਂਝ ਰਾਹੀਂ ਅੱਜ ਅਸੀਂ ਚਰਚਾ ਕਰਾਂਗੇ। ਸਾਡੇ ਦਿੱਲੀ ਸਟੂਡੀਓ ਦੇ ਵਿੱਚ ਅੱਜ ਦੇ ਇਸ ਗਿਆਨ ਦੀ ਸਾਂਝ ਦੇ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਉਚੇਚੇ ਤੌਰ 'ਤੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹਾਜ਼ਰ ਹੋਏ ਨੇ ਵੀਰ ਹਰਪਾਲ ਸਿੰਘ ਜੀ, ਜੋ ਕਿ ਗੁਰਬਾਣੀ ਪ੍ਰਚਾਰ ਸੁਸਾਇਟੀ ਝੀਲ ਕੁਰੰਜਾ ਦਿੱਲੀ ਜਮਨਾ ਪਾਰ ਵਿਖੇ, ਜੋ ਇੱਕ ਬੜੀ ਵੱਡੀ ਸੁਸਾਇਟੀ ਹੈ, ਪਿਛਲੇ ਲੰਮੇ ਸਮੇਂ ਤੋਂ ਬੱਚਿਆਂ ਨੂੰ ਗੁਰਮਤ ਕੈਂਪ ਰਾਹੀਂ ਗੁਰਬਾਣੀ ਦੇ ਸਿਧਾਂਤਾਂ ਦੇ ਨਾਲ ਜੋੜਨ ਦਾ ਮਹਾਨ ਕਾਰਜ ਕਰ ਰਹੇ ਨੇ ਔਰ ਨਿਸ਼ਕਾਮ ਸੇਵਕ ਨੇ। ਵੀਰ ਜੀ, ਉਹ ਅਕਾਲ ਚੈਨਲ ਦੀ ਟੀਮ ਵੱਲੋਂ ਆਪ ਜੀ ਨੂੰ ਜੀ ਆਇਆਂ ਨੂੰ, ਸੰਗਤਾਂ ਦੇ ਨਾਲ ਆਪ ਦੀ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਦਾ ਵਿਸ਼ਾ ਹੈ। ਅਸੀਂ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਗੱਲ ਕਰਾਂਗੇ ਭਾਈ ਲਹਿਣੇ ਦੀ, ਭਾਈ ਲਹਿਣਾ, ਕਿਉਂ ਭਾਈ ਲਹਿਣਾ ਕਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਦੇ ਰੂਪ ਦੇ ਵਿੱਚ ਗੁਰਤਾਗੱਦੀ 'ਤੇ ਬਿਰਾਜਮਾਨ ਹੁੰਦੇ ਨੇ ਅਤੇ ਫਿਰ ਗੁਰੂ ਅੰਗਦ ਦੇਵ ਜੀ ਦੇ ਬਿਰਾਜਮਾਨ ਹੋ ਕੇ ਗੁਰੂ ਅੰਗਦ ਦੇਵ ਦੇ ਰੂਪ ਦੇ ਵਿੱਚ ਜਿਹੜੇ ਕਾਰਜ ਕਰਦੇ ਨੇ ਉਹ ਅਸੀਂ ਬਾਅਦ 'ਚ ਗੱਲ ਕਰਾਂਗੇ, ਪਹਿਲਾਂ ਅਸੀਂ ਭਾਈ ਲਹਿਣੇ ਦੀ ਗੱਲ ਕਰਦੇ ਹਾਂ। ਭਾਈ ਲਹਿਣਾ ਜੀ ਦਾ ਜਨਮ ਕਿੱਥੇ ਹੁੰਦਾ, ਉਹਨਾਂ ਦਾ ਜਿਹੜਾ ਬਚਪਨ ਦਾ ਸਮਾਂ ਉਹ ਕਿੱਥੇ ਬਤੀਤ ਹੁੰਦਾ? ਭਾਈ ਲਹਿਣਾ ਜੀ ਦਾ ਜਨਮ ਸੰਨ 1504 ਦੇ ਵਿੱਚ, ਅੱਜ ਤੋਂ 515 ਸਾਲ ਪਹਿਲੇ, 15 ਸਾਲ ਪਹਿਲੇ ਕੌਮ ਨੇ ਬੜੇ ਵੱਡੇ ਪੱਧਰ 'ਤੇ ਉਹਨਾਂ ਦਾ 500 ਸਾਲਾ ਪ੍ਰਕਾਸ਼ ਪੁਰਬ ਵੀ ਮਨਾਇਆ ਸੰਨ 2004 ਦੇ ਵਿੱਚ। ਨਾਗੇ ਕੀ ਸਰਾਂ ਉਸ ਵਕਤ ਉਸ ਪਿੰਡ ਦਾ ਨਾਮ ਸੀ, ਹੁਣ ਉਸਨੂੰ ਮੱਤੇ ਕੀ ਸਰਾਂ ਕਿਹਾ ਜਾਂਦਾ। ਉਸ ਵਕਤ ਮੱਤੇ ਕੀ ਸਰਾਂ ਸੀ, ਹੁਣ ਨਾਗੇ ਕੀ ਸਰਾਂ ਕਿਹਾ ਜਾਂਦਾ। ਪਿੰਡ ਮੁਕਤਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਉਹ ਵਾਲਾ। ਅਤੇ ਬਾਅਦ ਵਿੱਚ ਪਾਤਸ਼ਾਹ ਦਾ ਪਰਿਵਾਰ ਜਿਹੜਾ ਹੈ ਉਹ ਖਡੂਰ ਸਾਹਿਬ ਚਲਾ ਜਾਂਦਾ ਹੈ। ਉੱਥੇ ਪਰਿਵਾਰ ਬੜਾ ਸਿੰਪਲ ਸਾਦਾ ਪਰਿਵਾਰ ਹੈ, ਦੁਕਾਨਦਾਰੀ ਕਰਦੇ ਨੇ ਔਰ ਪਰਿਵਾਰ ਉਸ ਵਕਤ ਦੀ ਜਿਹੜੀ ਆਪਾਂ ਧਰਮ ਦੀ ਗੱਲ ਕਰੀਏ ਸਨਾਤਨ ਮਤ ਨੂੰ ਮੰਨਣ ਵਾਲਾ। ਹਾਂਜੀ, ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ ਕਿ ਭਾਈ ਲਹਿਣਾ ਜੀ ਹਰ ਸਾਲ ਮਾਤਾ ਦੀ ਯਾਤਰਾ 'ਤੇ, ਦੇਵੀ ਮਾਤਾ ਦੀ ਯਾਤਰਾ 'ਤੇ ਜਾਂਦੇ ਨੇ, ਦਰਸ਼ਨਾਂ ਲਈ ਜਾਂਦੇ ਨੇ, ਨਾਲ ਸੰਗੀ ਸਾਥੀ ਵੀ ਹੁੰਦੇ ਨੇ। ਠੀਕ ਹੈ ਜੀ। ਪਰ ਜਦੋਂ ਆਪਾਂ ਅੱਜ ਦੇ ਧਰਮ ਦੀ ਗੱਲ ਕਰੀਏ, ਅੱਜ ਵੀ ਬਹੁਤੇ ਸਾਡੇ ਵਿੱਚੋਂ ਕੁਛ ਇਸ ਤਰ੍ਹਾਂ ਦੇ ਕੰਮ ਹੀ ਆਪਾਂ ਕਰ ਰਹੇ ਹਾਂ, ਜਿਹੜੇ ਉੱਪਰ ਨੂੰ ਵਿਖਾਵੇ ਵਾਲੇ ਕੰਮ ਜ਼ਿਆਦਾ ਧਰਮ ਦੇ ਹੁੰਦੇ ਨੇ, ਸਿਧਾਂਤ ਤੋਂ ਬਾਹਰ ਜਾ ਕੇ। ਪਰ ਉਹਦੇ ਨਾਲ ਮਨ ਦੀ ਜਿਹੜੀ ਅਵਸਥਾ ਹੈ ਉਹ ਸ਼ਾਂਤੀ ਵਿੱਚ ਨਹੀਂ ਆਉਂਦੀ ਹੈ, ਮਨ ਸ਼ਾਂਤ ਨਹੀਂ ਹੁੰਦਾ। ਕਿਤੇ ਨਾ ਕਿਤੇ ਮਨ ਦੇ ਵਿੱਚ ਇੱਕ ਤੜਪ ਹੈ ਕਿ ਕਿਸੇ ਕੋਈ ਐਸੇ ਮਹਾਂਪੁਰਸ਼ ਦੀ ਜਾਂ ਐਸੇ ਗੁਰੂ ਦੀ ਭਾਲ ਚੱਲਦੀ ਪਈ ਹੈ ਅੰਦਰ ਦੀ ਅੰਦਰ ਹੀ, ਵੀ ਕਿਤੇ ਕੋਈ ਪਤਾ ਲੱਗੇ ਵੀ ਕੁਛ ਜੀਵਨ ਕਿਵੇਂ ਹੋਰ ਬਦਲਾਵ ਕਿਵੇਂ ਹੁੰਦਾ ਆਉਣਾ ਚਾਹੀਦਾ, ਉਹ ਆਤਮਕ ਆਨੰਦ ਜਿਹੜਾ ਉਹ ਨਹੀਂ ਮਿਲਦਾ ਇਹਨਾਂ ਚੀਜ਼ਾਂ ਦੇ ਨਾਲ। ਹੁਣ ਗੁਰੂ ਸਾਹਿਬ ਇਤਿਹਾਸ ਵਿੱਚ ਨਜ਼ਰ ਆਉਂਦਾ ਕਿ ਭਾਈ ਲਹਿਣਾ ਜੀ, ਆਪਾਂ ਗੁਰੂ ਸਾਹਿਬ ਕਹਿ ਕੇ ਸੰਬੋਧਨ ਕਰਾਂਗੇ ਕਿਉਂਕਿ ਗੁਰੂ ਅੰਗਦ ਦੇਵ ਜੀ ਨੇ, ਭਾਈ ਲਹਿਣਾ ਜੀ ਆਪਣੇ ਦੁਕਾਨ ਦੇ ਉੱਤੇ ਹੀ ਬੈਠੇ ਨੇ ਤਾਂ ਉੱਥੇ ਇੱਕ ਗੁਰਸਿੱਖ ਇਤਿਹਾਸ ਵਿੱਚ ਨਾਮ ਆਉਂਦਾ ਭਾਈ ਜੋਧ ਜੀ, ਭਾਈ ਜੋਧ ਜੀ ਉਹ ਗੁਰਬਾਣੀ ਪੜ੍ਹਦੇ ਹੋਏ ਉੱਥੋਂ ਨਿਕਲਦੇ ਨੇ। ਹੁਣ ਜਦੋਂ ਗੁਰਬਾਣੀ ਪੜ੍ਹਦੇ ਨਿਕਲਦੇ ਨੇ ਤੇ ਭਾਈ ਲਹਿਣਾ ਜੀ ਦੇ ਕੰਨਾਂ ਦੇ ਵਿੱਚ ਗੁਰਬਾਣੀ ਦੇ ਲਫ਼ਜ਼ ਪੈਂਦੇ ਨੇ, ਇੱਕਦਮ ਠੰਡਕ ਕਹਿ ਲਓ ਮਹਿਸੂਸ ਹੋ ਗਈ ਮਨ ਨੂੰ, ਮਨ ਦੇ ਵਿੱਚ ਇੱਕਦਮ ਐਸੀ ਅਵਸਥਾ ਬਣ ਗਈ ਵੀ ਇਹ ਕੀ ਹੈ, ਵਾਪਸ ਬੁਲਾਉਂਦੇ ਨੇ। ਵੈਸੇ ਇੱਥੇ ਹਲਕਾ ਜਿਹਾ ਮੈਂ ਇੱਕ ਛੋਟੀ ਜਿਹੀ ਗੱਲ ਜਿਹੜੀ ਡਿਸਟਿੰਗੁਇਸ਼ ਕਰਨਾ ਚਾਹਾਂਗਾ ਕਿ ਦੇਖੋ ਇੱਕ ਉਹ ਰੂਪ ਭਾਈ ਲਹਿਣਾ ਜੀ ਦਾ ਕਿ ਭਾਈ ਜੋਧ ਗੁਰਬਾਣੀ ਦਾ
ਇੱਕ ਸ਼ਬਦ ਉਚਾਰਦਾ ਹੋਇਆ ਲੰਘਿਆ ਤੇ ਕਿਸ ਤਰ੍ਹਾਂ ਉਹਨਾਂ ਦੇ ਅੰਦਰ ਠੰਡਕ ਪਹੁੰਚੀ ਤੇ ਅੱਜ ਮੈਂ ਜਿਹੜੀ ਗੱਲ ਇਸ ਵੇਲੇ ਮੈਂ ਜਿਹੜੇ ਤੁਹਾਨੂੰ ਵਿੱਚ ਟੋਕਿਆ ਉਹ ਮੈਂ ਇਹ ਗੱਲ ਕਰਨਾ ਚਾਹ ਰਿਹਾ ਕਿ ਅੱਜ ਗੁਰਦੁਆਰਿਆਂ ਦੇ ਵਿੱਚ ਐਡੇ ਵੱਡੇ ਵੱਡੇ ਕੀਰਤਨ ਦਰਬਾਰ ਹੋ ਰਹੇ ਨੇ, ਸੰਗਤ ਗੁਰਬਾਣੀ ਦੀਆਂ ਪੰਕਤੀਆਂ ਕੀਰਤਨ ਦੇ ਰੂਪ ਦੇ ਵਿੱਚ ਸੁਣਦੀਆਂ ਨੇ, ਝੂਮਦੀਆਂ ਨੇ, ਪਾਠ ਹੁੰਦੇ ਆ, ਉਹ ਠੰਡਕ ਕਿਉਂ ਨਹੀਂ ਪਹੁੰਚ ਪਾ ਰਹੀ ਉਹਨਾਂ ਦੇ ਅੰਦਰ ਤੱਕ? ਉਹ ਅਸੀਂ ਕੇਵਲ ਜਿਵੇਂ ਆਪਾਂ ਹੁਣੇ ਪਹਿਲੇ ਗੱਲ ਕੀਤੀ ਹੈ, ਅਸੀਂ ਧਰਮ ਨੂੰ ਕੇਵਲ ਵਿਖਾਵੇ ਦੇ ਵਾਸਤੇ ਰੱਖ ਲਿਆ ਹੈ, ਬਾਹਰਲੀ ਕਿਰਿਆਵਾਂ ਵਾਸਤੇ ਰੱਖ ਲਿਆ ਹੈ। ਮੈਸੇਜ ਕਿੱਡਾ ਵੱਡਾ ਪਾਈ ਲੈਣਾ ਜੀ, ਬਾਹਰਲੀ ਕਿਰਿਆਵਾਂ ਵਾਸਤੇ ਰੱਖ ਲਿਆ, ਜਿਹਨੂੰ ਆਪਾਂ ਦੂਜੇ ਲਫ਼ਜ਼ਾਂ 'ਚ ਕਹਿ ਲਈਏ ਕਿ ਕਰਮਕਾਂਡੀ ਜੀਵਨ, ਉਹਦੇ ਪਾਖੰਡ ਰੂਪ ਦੇ ਵਿੱਚ ਅਸੀਂ ਲੈ ਕੇ, ਪਾਖੰਡ ਵੀ ਕਹਿ ਸਕਦੇ ਹਾਂ। ਜਦੋਂ ਭਾਈ ਲਹਿਣਾ ਜੀ ਗੁਰਬਾਣੀ ਦੇ ਸ਼ਬਦ ਨੂੰ ਸੁਣਦੇ ਨੇ, ਹਾਂਜੀ ਤੇ ਮਨ ਦੇ ਵਿੱਚ ਇੱਕਦਮ ਝੁਰਨਾਹਟ ਪੈਦਾ ਹੁੰਦੀ ਹੈ, ਠੰਡਕ ਪੈਦਾ ਹੁੰਦੀ ਹੈ, ਬਈ ਇਹ ਕੀ ਹੈ? ਬੁਲਾਉਂਦੇ ਨੇ, ਕਹਿੰਦੇ ਪੁਰਖਾ ਇਹ ਕੀ ਵਿਚਾਰ ਰਿਹਾ ਸੀ, ਤੇ ਉਹ ਕਹਿੰਦੇ ਜੀ ਇਹ ਗੁਰਬਾਣੀ ਹੈ। ਅੱਛਾ, ਇਹ ਗੁਰਬਾਣੀ ਹੈ, ਇਹ ਕਿਸ ਦੀ ਉਚਾਰਨ ਕੀਤੀ ਹੋਈ ਹੈ? ਇਹ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਹੋਈ ਹੈ। ਗੁਰੂ ਨਾਨਕ ਸਾਹਿਬ ਕਿੱਥੇ ਮਿਲਣ ਗਏ? ਗੁਰੂ ਨਾਨਕ ਸਾਹਿਬ ਇਸ ਵਕਤ ਕਰਤਾਰਪੁਰ ਦੀ ਧਰਤੀ ਤੇ ਮੌਜੂਦ ਨੇ, ਤੇ ਭਾਈ ਲਹਿਣਾ ਜੀ ਉਸੇ ਵੇਲੇ ਮਨ ਵਿੱਚ ਧਾਰ ਲੈਂਦੇ ਨੇ ਵੀ ਜਦੋਂ ਅਗਲੀ ਵਾਰੀ ਇੱਥੋਂ ਖਡੂਰ ਸਾਹਿਬ ਤੋਂ ਜਾਣਾ ਹੈ ਨਾ ਦੇਵੀ ਦੀ ਯਾਤਰਾ ਤੇ ਰਸਤੇ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਜਾਣਾ। ਕਰਤਾਰਪੁਰ ਸਾਹਿਬ ਪਹੁੰਚਦੇ ਨੇ ਜਦੋਂ ਸਾਰੇ ਜਥੇ ਦੇ ਨਾਲ ਜਾ ਰਹੇ ਨੇ ਤੇ ਆਪਦੇ ਸਾਥੀਆਂ ਨੂੰ ਬਾਹਰ ਛੱਡਦੇ ਨੇ, ਮੈਂ ਹੋ ਕੇ ਆਇਆ। ਹੁਣ ਇਹ ਇੱਕ ਬੜੀ ਨਾ ਬੜੀ ਇਸ ਤਰ੍ਹਾਂ ਦੀ ਘਟਨਾ ਹੈ ਜਿਹੜੀ ਗੁਰੂ ਸਾਹਿਬ ਦੇ ਦਰਸ਼ਨਾਂ ਕਰਨ ਦੇ ਨਾਲ ਨਾਲ ਭਾਈ ਲਹਿਣਾ ਜੀ ਦੇ ਜੀਵਨ ਨੂੰ ਬਦਲਣ ਵਾਲੀ ਘਟਨਾ। ਹੁਣ ਭਾਈ ਲਹਿਣਾ ਜੀ ਘੋੜੀ ਉੱਪਰ ਸਵਾਰ ਨੇ, ਹਾਂਜੀ, ਜਦੋਂ ਕਰਤਾਰਪੁਰ ਦੇ ਅੰਦਰ ਪਹੁੰਚਦੇ ਨੇ ਤੇ ਕੀ ਦੇਖਦੇ ਨੇ? ਇੱਕ ਬਜ਼ੁਰਗ ਖੇਤੀ ਕਰ ਰਹੇ ਨੇ। ਹੁਣ ਉਹ ਬਜ਼ੁਰਗ ਖੇਤੀ ਕਰ ਰਹੇ ਨੇ, ਉਹਨਾਂ ਨੂੰ ਆਵਾਜ਼ ਮਾਰਦੇ ਨੇ, ਕਹਿੰਦੇ ਮਹਾਰਾਜ ਬਜ਼ੁਰਗੋ, ਮੈਂ ਨਾ ਇੱਥੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਨੇ, ਤੇ ਕਿੱਥੇ ਮਿਲਣਗੇ ਗੁਰੂ ਨਾਨਕ ਸਾਹਿਬ? ਹੁਣ ਉਹ ਬਜ਼ੁਰਗ ਗੁਰੂ ਨਾਨਕ ਸਾਹਿਬ ਆਪ ਹੀ ਨੇ ਤੇ ਉਹ ਉੱਥੇ ਆਪਣਾ ਵਿਖਾਵਾ ਨਹੀਂ ਕਰਦੇ ਕਿ ਮੈਂ ਹੀ ਗੁਰੂ ਨਾਨਕ ਹਾਂ। ਉਹ ਕਹਿੰਦੇ ਨੇ ਚਲੋ ਮੈਂ ਤੁਹਾਨੂੰ ਲੈ ਚੱਲਦਾ ਕਿੱਥੇ ਨੇ ਗੁਰੂ ਨਾਨਕ ਸਾਹਿਬ। ਤੇ ਭਾਈ ਲਹਿਣਾ ਜੀ ਘੋੜੀ ਦੇ ਉੱਪਰ ਬੈਠੇ ਨੇ, ਹਾਂਜੀ, ਤੇ ਉਹ ਬਜ਼ੁਰਗ ਅੱਗੇ ਅੱਗੇ ਪੈਦਲ ਚੱਲ ਰਹੇ ਨੇ ਜਿਹੜੇ ਕਿ ਗੁਰੂ ਨਾਨਕ ਸਾਹਿਬ ਆਪ ਹੀ ਨੇ। ਹੁਣ ਭਾਈ ਲਹਿਣਾ ਜੀ ਦੀ ਨਜ਼ਰ ਤੋਂ ਇੱਕ ਬਜ਼ੁਰਗ ਨੇ, ਇੱਕ ਆਮ ਕਿਸਾਨ ਜਿਹੜੇ ਖੇਤੀ ਕਰਦੇ ਪਏ ਨੇ, ਤੇ ਜਦੋਂ ਧਰਮਸ਼ਾਲਾ 'ਚ ਪਹੁੰਚਦੇ ਨੇ ਜਿੱਥੇ ਗੁਰੂ ਨਾਨਕ ਸਾਹਿਬ ਰਹਿ ਰਹੇ ਨੇ ਤੇ ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇੱਥੇ ਘੋੜੀ ਬੰਨ ਦਿਓ, ਉਹ ਨਲਕਾ ਲੱਗਿਆ, ਉੱਥੇ ਹੱਥ ਪੈਰ ਧੋ ਲਓ ਤੇ ਉਸ ਕਮਰੇ 'ਚ ਤੁਹਾਨੂੰ ਗੁਰੂ ਨਾਨਕ ਸਾਹਿਬ ਮਿਲਣਗੇ। ਭਾਈ ਲਹਿਣਾ ਜੀ ਉਸੇ ਤਰ੍ਹਾਂ ਕਰਦੇ ਰਹੇ, ਘੋੜੀ ਨੂੰ ਬੰਨ ਕੇ ਹੱਥ ਮੂੰਹ ਧੋ ਲੈਂਦੇ ਨੇ ਤੇ ਜਦੋਂ ਅੰਦਰ ਜਾਂਦੇ ਨੇ ਤੇ ਇੱਕਦਮ ਅਚੰਬਾ ਮਹਿਸੂਸ ਹੁੰਦਾ ਹੈ, ਹੈਰਾਨ ਹੋ ਜਾਂਦੇ ਨੇ ਤੇ ਬੜਾ ਆਪਦੇ ਆਪ ਨੂੰ ਪਰੇਸ਼ਾਨੀ ਵਿੱਚ ਵੀ ਮਹਿਸੂਸ ਕਰਦੇ ਨੇ ਕਿਉਂਕਿ ਉਹੀ ਬਜ਼ੁਰਗ ਸਾਹਮਣੇ ਬੈਠੇ ਨੇ ਜਿਹੜੇ ਬਜ਼ੁਰਗ ਉਹਨਾਂ ਨੂੰ ਨਾਲ ਲੈ ਕੇ ਆਏ ਨੇ। ਹਾਂਜੀ 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 ਤੇ ਕਹਿੰਦੇ ਮਹਾਰਾਜ ਮੇਰੇ ਕੋਲੋਂ ਤਾਂ ਬੜੀ ਵੱਡੀ ਅਵਗਿਆ ਹੋ ਗਈ। ਕਹਿੰਦੇ ਕੀ ਹੋਇਆ ਪੁਰਖਾ? ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਹਾਂਜੀ ਹਾਂਜੀ, ਕਹਿੰਦੇ ਮਹਾਰਾਜ ਤੁਸੀਂ ਗੁਰੂ ਨਾਨਕ ਸਾਹਿਬ, ਤੁਸੀਂ ਮੇਰੇ ਅੱਗੇ ਅੱਗੇ ਪੈਦਲ ਚੱਲਦੇ ਆ ਰਹੇ ਤੇ ਮੈਂ ਘੋੜੀ ਉੱਤੇ ਸਵਾਰ ਹੋ ਕੇ ਆਇਆ। ਤੇ ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿੰਦੇ ਨੇ ਭਾਈ ਤੇਰਾ ਨਾਂ ਕੀ ਹੈ? ਕਹਿੰਦਾ ਜੀ ਮੇਰਾ ਨਾਂ ਲੈਣਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕੋਈ ਗੱਲ ਨਹੀਂ, ਲੈਣੇਦਾਰ ਘੋੜੀਆਂ ਤੇ ਚੜ੍ਹ ਕੇ ਹੀ ਆਉਂਦੇ ਨੇ। ਹੁਣ ਦੇਖੋ ਗੁਰੂ ਨਾਨਕ ਸਾਹਿਬ ਦੀ ਨਜ਼ਰ ਨੇ ਉਹਨਾਂ ਨੂੰ ਪਛਾਣ ਲਿਆ। ਇੱਥੋਂ ਤੁਸੀਂ ਇੱਕ ਗੱਲ ਹੋਰ ਆਪਾਂ ਨੂੰ ਸਮਝ ਵਿੱਚ ਆਉਂਦੀ ਹੈ, ਫਿਰ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ ਦੇ ਜੀਵਨ 'ਚ ਭਾਈ ਲਹਿਣਾ ਜੀ ਦੇ ਜੀਵਨ 'ਚ ਇੱਕ ਬੜਾ ਵੱਡਾ ਬਦਲਾਵ ਆਉਂਦਾ। ਉਹ ਉੱਥੇ ਬੈਠੇ ਹੀ ਉਹਨਾਂ ਨੂੰ ਆਪਣਾ ਸਾਥੀਆਂ ਨੂੰ ਮੈਸੇਜ ਭਜਾ ਦਿੰਦੇ, ਭੇਜ ਦਿੰਦੇ ਨੇ ਕਿ ਭਾਈ ਮੈਂ ਹੁਣ ਕਿਤੇ ਨਹੀਂ ਜਾਣਾ, ਕਿਤੇ ਮੈਨੂੰ ਮੇਰਾ ਗੁਰੂ ਮਿਲ ਗਿਆ, ਮੈਨੂੰ ਮੇਰਾ ਰਹਿਬਰ ਮਿਲ ਗਿਆ, ਮੈਨੂੰ ਮੇਰਾ ਟਿਕਾਣਾ ਮਿਲ ਗਿਆ ਤੇ ਮੈਂ ਹੁਣ ਇੱਥੇ ਜੋਗਾ ਹੀ ਹਾਂ। ਤੇ ਫਿਰ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੋਗਾ ਹੀ ਹੋ ਜਾਂਦੇ ਨੇ, ਜਾਂਦੇ ਨੇ ਖਡੂਰ ਸਾਹਿਬ, ਆਪਣੀ ਖੇਤੀ ਦੁਕਾਨਦਾਰੀ ਕਰ ਰਹੇ ਨੇ, ਪਰਿਵਾਰ ਪਾਲ ਰਹੇ ਨੇ, ਪਰ ਆਪਣਾ ਆਪ ਗੁਰੂ ਦੇ ਹਵਾਲੇ ਕਰ ਦਿੰਦੇ ਨੇ। ਜਿਵੇਂ ਤੁਸੀਂ ਵੀ ਸ਼ੁਰੂਆਤ ਵਿੱਚ ਗੱਲ ਕੀਤੀ ਕਿ ਗੁਰੂ ਨਾਨਕ ਸਾਹਿਬ ਦੇ ਹਰ ਹੁਕਮ ਨੂੰ ਭਾਈ ਲਹਿਣਾ ਜੀ ਨੇ ਮੁਸਕਰਾ ਕੇ ਮੰਨਿਆ, ਉਹ ਚਾਹੇ ਹੁਕਮ ਕਿਸੇ ਵੀ ਤਰ੍ਹਾਂ ਦਾ, ਅੱਧੀ ਰਾਤ ਹੋਈ ਹੋਈ ਹੈ, ਬਾਹਰ ਬਰਸਾਤ ਹੋ ਰਹੀ ਹੈ, ਦੀਵਾਰ ਡਿੱਗ ਪਈ ਹੈ, ਤੇ ਗੁਰੂ ਨਾਨਕ ਸਾਹਿਬ ਹੁਕਮ ਕਰ ਦਿੰਦੇ ਨੇ ਕਿ ਦੀਵਾਰ ਹੁਣੇ ਹੀ ਬਣਾਈ ਜਾਵੇ, ਤੇ ਗੁਰੂ ਸਾਹਿਬ ਦੇ ਪੁੱਤਰ ਕਹਿ ਦਿੰਦੇ ਨੇ ਮਹਾਰਾਜ ਬਾਹਰ ਮੀਂਹ ਪੈ ਰਿਹਾ ਹੁਣ ਇਸ ਟਾਈਮ ਬਣੇਗੀ ਨਹੀਂ, ਕਹਿੰਦੇ ਨੇ ਹੁਣੇ ਬਣਾਉਣੀ ਹੈ, ਤੇ ਭਾਈ ਲਹਿਣਾ ਜੀ ਉਸ ਹੁਕਮ ਦੀ ਤਮੀਲ ਸ਼ੁਰੂ ਕਰ ਦਿੰਦੇ ਨੇ। ਇਹ ਪਰਖ ਹੋ ਰਹੀ ਸੀ ਉਹਨਾਂ ਦੀ, ਪਰਖ ਇਸ ਤਰ੍ਹਾਂ ਦੀਆਂ ਕਈ ਜਿਹੜੀਆਂ ਨੇ, ਇੱਕ ਚੂਹੀ ਮਰ ਜਾਂਦੀ ਹੈ, ਹੁਣ ਚੂਹੀ ਸੁੱਟਣੀ ਆਮ ਤੌਰ ਤੇ ਸਮਝਿਆ ਜਾਂਦਾ ਕਿ ਇੱਕ ਵਿਸ਼ੇਸ਼ ਜਾਤੀ ਦਾ ਹੀ ਕੰਮ ਹੈ, ਬਿਲਕੁਲ, ਪਰ ਉਹ ਭਾਈ ਲਹਿਣਾ ਜੀ ਉਹ ਕੰਮ ਵੀ ਕਰਦੇ ਨੇ, ਬਿਲਕੁਲ ਸਾਰੇ ਕੰਮ ਕਰਦੇ, ਅੱਧੀ ਰਾਤ ਨੂੰ ਜਾ ਕੇ ਗੁਰੂ ਸਾਹਿਬ ਦੇ ਕੱਪੜੇ ਦਰਿਆ ਤੇ ਧੋ ਕੇ ਲਿਆਉਣੇ, ਰਾਵੀ ਦਰਿਆ ਤੇ, ਭਾਈ ਲਹਿਣਾ ਜੀ ਹਰ ਤਰ੍ਹਾਂ ਦਾ ਕੰਮ ਕਰਦੇ ਨੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਗੁਰੂ ਸਾਹਿਬ ਜਾ ਰਹੇ ਨੇ, ਨਾਲ ਗੁਰਸਿੱਖ ਨੇ, ਭਾਈ ਲਹਿਣਾ ਜੀ ਵੀ ਨੇ ਤੇ ਗੁਰੂ ਸਾਹਿਬ ਦੇ ਸਪੁੱਤਰ ਵੀ ਨੇ,
ਤੇ ਗੁਰੂ ਸਾਹਿਬ ਦੇ ਹੱਥ 'ਚ ਇੱਕ ਲੋਟਾ ਹੈ ਉਹ ਗੁਰੂ ਸਾਹਿਬ ਉੱਥੇ ਇੱਕ ਕਿੱਚੜ ਦਾ ਟੋਆ ਜਿਵੇਂ ਕਹਿ ਲਈਏ ਟੋਬਾ ਕਿੱਚੜ ਦਾ ਉਹਦੇ ਵਿੱਚ ਉਸ ਲੋਟੇ ਨੂੰ ਉਸ ਭਾਂਡੇ ਨੂੰ ਸੁੱਟ ਦਿੰਦੇ ਨੇ ਤੇ ਪੁੱਤਰਾਂ ਨੂੰ ਕਹਿੰਦੇ ਨੇ ਕੱਢ ਕੇ ਲਿਆਓ ਉਹ ਕਹਿੰਦੇ ਜੇ ਕੱਢਣਾ ਹੀ ਸੀ ਤਾਂ ਸੁੱਟਿਆ ਕਿਉਂ ਸੁੱਟਿਆ ਕਿਉਂ ਤੇ ਜਦੋਂ ਭਾਈ ਲਹਿਣਾ ਜੀ ਨੂੰ ਸਿਰਫ ਇਸ਼ਾਰਾ ਹੁੰਦਾ ਹੈ ਤੇ ਭਾਈ ਲਹਿਣਾ ਜੀ ਪਰਵਾਹ ਨਹੀਂ ਕਰਦੇ ਆਪਣੇ ਕੱਪੜਿਆਂ ਦੀ ਬੜੇ ਸਾਫ਼ ਵਸਤਰ ਪਾਏ ਨੇ ਤੇ ਉਸ ਚਿੱਕੜ ਦੇ ਵਿੱਚ ਭਾਈ ਲਹਿਣਾ ਜੀ ਚਲੇ ਜਾਂਦੇ ਨੇ ਤੇ ਉਹ ਲੋਟਾ ਕੱਢ ਕੇ ਤੇ ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਫੜਾ ਦਿੰਦੇ ਮਤਲਬ ਬੜਾ ਹੀ ਇੱਕ ਵੱਖਰਾ ਜਿਹਾ ਜੀਵਨ ਔਰ ਇਹ ਇੱਕ ਵੱਡਾ ਮੈਸੇਜ ਆਏਗਾ ਕਿ ਇੱਕ ਸਿੱਖ ਦਾ ਜਿਹੜਾ ਹੈ ਉਹ ਆਪਣੇ ਗੁਰੂ ਦੇ ਪ੍ਰਤੀ ਫਰਜ਼ ਕੀ ਹੈ ਹੁਣ ਇੱਥੇ ਤੁਸੀਂ ਜਿਹੜੀ ਫਰਜ਼ ਦੀ ਗੱਲ ਕਰ ਰਹੇ ਹੋ ਗੁਰੂ ਸਾਹਿਬ ਦਾ ਅੱਗੋਂ ਕੀ ਜਵਾਬ ਹੈ ਹਾਂ ਜਦੋਂ ਭਾਈ ਲਹਿਣਾ ਜੀ ਉਹ ਲੋਟਾ ਗੁਰੂ ਸਾਹਿਬ ਦੇ ਹੱਥ 'ਚ ਫੜਾਉਂਦੇ ਨੇ ਤੇ ਗੁਰੂ ਸਾਹਿਬ ਵੀ ਫਿਰ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦਾ ਪਰਹੇਜ਼ ਨਹੀਂ ਕਰਦੇ ਭਾਈ ਲਹਿਣਾ ਜੀ ਨੇ ਚਿੱਕੜ ਵਾਲੇ ਵਸਤਰ ਨੇ ਤੇ ਗੁਰੂ ਸਾਹਿਬ ਅੰਗ ਨਾਲ ਲਾ ਲੈਂਦੇ ਨੇ ਤੇ ਕਹਿੰਦੇ ਨੇ ਅੱਜ ਤੋਂ ਤੂੰ ਅੰਗਦ ਹੈ ਤੂੰ ਮੇਰਾ ਅੰਗ ਹੈ ਤੂੰ ਅੰਗਦ ਹੈ ਤੇ ਉੱਥੇ ਗੁਰੂ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਬਣਾ ਕੇ ਤੇ ਗੁਰਤਾ ਗੱਦੀ ਦਾ ਵਾਰਸ ਘੋਸ਼ਿਤ ਕਰ ਦਿੰਦੇ ਮੱਥਾ ਟੇਕਦੇ ਨੇ ਮੱਥਾ ਟੇਕਦੇ ਨੇ ਕਮਾਲ ਦੀ ਚੀਜ਼ ਹੈ ਹੁਣ ਉਸ ਤੋਂ ਬਾਅਦ ਜਦੋਂ ਮੱਥਾ ਟੇਕਦੇ ਨੇ ਗੁਰੂ ਨਾਨਕ ਸਾਹਿਬ ਕੁਛ ਸਮਾਂ ਆਪ ਰਹੇ ਨੇ ਸਰੀਰ ਰੂਪ 'ਚ ਹਾਂਜੀ 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 ਪਰ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਬਣਾ ਕੇ ਉਸ ਤੋਂ ਬਾਅਦ ਮੱਥਾ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਆਪ ਵੀ ਟੇਕਦੇ ਰਹੇ ਔਰ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਸਫ਼ਰ ਹੈ ਭਾਈ ਲਹਿਣਾ ਤੋਂ ਗੁਰੂ ਅੰਗਦ ਤੱਕ ਦਾ ਅੱਛਾ ਹੁਣ ਅਸੀਂ ਗੱਲ ਕਰਦੇ ਹਾਂ ਗੁਰੂ ਅੰਗਦ ਦੇਵ ਜੀ ਜਿਸ ਵੇਲੇ ਬੈਠ ਗਏ ਨੇ ਗੁਰਤਾ ਗੱਦੀ ਤੇ ਇਤਿਹਾਸਕਾਰ ਜਿਹੜੇ ਲਿਖਦੇ ਨੇ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਕਾਰਜ ਕੀਤਾ ਉਹ ਗੁਰਮੁਖੀ ਲਿਪੀ ਨੂੰ ਸਵਾਰਨ ਦਾ ਕੀਤਾ ਅਸੀਂ ਇੱਥੇ ਨਾ ਹਲਕੀ ਜਿਹੀ ਇੱਕ ਪੰਛੀ ਝਾਤ ਕਿ ਗੁਰਮੁਖੀ ਲਿਪੀ ਜਿਹੜੀ ਹੈ ਉਹ ਕੀ ਪਹਿਲਾਂ ਨਹੀਂ ਸੀ ਕਿ ਕੁਛ ਕਹਿੰਦੇ ਨੇ ਵਿਦਵਾਨ ਕਿ ਗੁਰਮੁਖੀ ਲਿਪੀ ਜਿਹੜੀ ਗੁਰੂ ਅੰਗਦ ਦੇਵ ਜੀ ਨੇ ਦਿੱਤੀ ਹੈ ਤਾਂ ਫਿਰ ਪਹਿਲਾਂ ਜਿਹੜੀ ਪੱਟੀ ਗੁਰੂ ਨਾਨਕ ਦੇਵ ਜੀ ਨੇ ਲਿਖੀ ਹੈ ਬਾਣੀ ਜਾਂ ਗੁਰੂ ਅਰਜਨ ਦੇਵ ਜੀ ਨੇ 52 ਅੱਖਰੀ ਲਿਖੀ ਹੈ ਭਗਤ ਕਬੀਰ ਜੀ ਨੇ ਜਿਹੜੀ 52 ਅੱਖਰੀ ਲਿਖੀ ਹੈ ਕਿ ਉਹ ਜਿਹੜੀ ਬਾਣੀ ਸੀ ਜਾਂ ਅਸੀਂ ਬਾਬਾ ਫਰੀਦ ਜੀ ਦੀ ਗੱਲ ਕਰੀਏ ਉਹ ਫਿਰ ਕਿਹੜੀ ਲਿਪੀ ਸੀ ਅਤੇ ਇਹਦੇ ਬਾਰੇ ਹਲਕਾ ਜਿਹਾ ਇੱਕ ਪੰਛੀ ਝਾਤ ਮਾਰ ਕੇ ਫਿਰ ਅੱਗੇ ਦੇਖੋ ਇਹ ਤਾਂ ਗੱਲ ਬੜੀ ਸਾਫ਼ ਹੋ ਜਾਂਦੀ ਹੈ ਇਤਿਹਾਸਕਾਰਾਂ ਦਾ ਇਹਦੇ ਬਾਰੇ ਆਪਾਂ ਕਹਿ ਲਈਏ ਵੱਖ ਵੱਖ ਮਤ ਨੇ ਕੁਛ ਇਤਿਹਾਸਕਾਰ ਗੁਰੂ ਅਰਜਨ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰਮੁਖੀ ਲਿਪੀ ਦਾ ਮਤਲਬ ਮੋਢੀ ਮੰਨਦੇ ਨੇ ਉਹਨਾਂ ਨੇ ਆਰੰਭ ਕੀਤੀ ਹੈ ਪਰ ਜਦੋਂ ਕੁਛ ਇਤਿਹਾਸਕਾਰਾਂ ਦਾ ਮਤ ਇਹ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਪੱਟੀ ਬਾਣੀ ਲਿਖਦੇ ਨੇ ਤੇ ਉਹਦੇ ਵਿੱਚ ਸਾਰੇ ਅੱਖਰ ਹੈਗੇ ਭਾਵੇਂ ਉਹਨਾਂ ਦੀ ਜਿਹੜਾ ਸਿਸਟਮ ਅਲੱਗ ਹੈ ਸੱਸੇ ਤੋਂ ਸ਼ੁਰੂ ਹੁੰਦਾ ਹੈ ਪਰ ਉਸ ਤਰੀਕੇ ਨਾਲ ਨਹੀਂ ਹੈ ਵਿਉਤਬੰਦ ਨਹੀਂ ਹੈ ਉਹਨਾਂ ਦਾ ਕਰਮ ਅੱਖਰ ਸਾਰੇ ਉਹੀ ਹੈਗੇ ਨੇ ਗੁਰਮੁਖੀ ਲਿਪੀ ਵਾਲੇ ਬਿਲਕੁਲ ਬਿਲਕੁਲ ਤੇ ਇਸ ਕਰਕੇ ਲਿਪੀ ਪਹਿਲੇ ਮੌਜੂਦ ਸੀ ਗੁਰੂ ਅੰਗਦ ਦੇਵ ਜੀ ਬਾਰੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦੇ ਲਈ ਇੱਕ ਵਿਉਤਬੰਦ ਤਰੀਕਾ ਇਜਾਦ ਕੀਤਾ ਉਸ ਵਕਤ ਕਾਇਦੇ ਬਣਾਏ ਗਏ ਹਾਂਜੀ ਹਾਂਜੀ ਬਾਲ ਕਾਇਦੇ ਬਣਾ ਕੇ ਉਹਦਾ ਪ੍ਰਚਾਰ ਕੀਤਾ ਗਿਆ ਇਸ ਕਰਕੇ ਵੀ ਕੁਛ ਇਤਿਹਾਸਕਾਰ ਗੁਰੂ ਅੰਗਦ ਦੇਵ ਜੀ ਨੂੰ ਗੁਰਮੁਖੀ ਲਿਪੀ ਦਾ ਮੋਢੀ ਮੰਨ ਲੈਂਦੇ ਨੇ ਬਲਕਿ ਜਦਕਿ ਗੁਰੂ ਅੰਗਦ ਦੇਵ ਜੀ ਤੋਂ ਪਹਿਲੇ ਲਿਪੀ ਮੌਜੂਦ ਸੀ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਪੱਟੀ ਬਾਣੀ ਤੋਂ ਵਿਸ਼ੇਸ਼ ਤੌਰ ਤੇ ਸਾਨੂੰ ਇਹ ਗੱਲ ਸਮਝ ਵਿੱਚ ਆਉਂਦੀ ਦੇਖੋ ਜਦੋਂ ਅਸੀਂ ਪੜ੍ਹ ਰਹੇ ਹਾਂ ਅਸੀਂ ਲੇਖ ਪੜ੍ਹਦੇ ਹਾਂ ਜਿਹੜਾ ਲਿਪੀ ਹੈ ਸਿਰਫ ਇਹ ਨਹੀਂ ਕਿ ਅਸੀਂ ਗੁਰਮੁਖੀ ਲਿਪੀ ਦੀ ਗੱਲ ਕਰੀਏ ਜਾਂ ਪੰਜਾਬੀ ਲਿਪੀ ਦੀ ਗੱਲ ਕਰੀਏ ਭਾਸ਼ਾਵਾਂ ਬੜੀਆਂ ਨੇ ਬੜੇ ਸਾਡੇ ਕੋਲ ਇਹਨਾਂ ਭਾਸ਼ਾਵਾਂ ਦਾ ਖਜ਼ਾਨਾ ਫਿਰ ਇਹਨਾਂ ਭਾਸ਼ਾਵਾਂ ਦਾ ਇਤਿਹਾਸ ਫਿਰ ਇਹਨਾਂ ਭਾਸ਼ਾਵਾਂ ਦੀ ਜਿਹੜੀ ਉਤਪੱਤੀ ਹੈ ਫਿਰ ਉਹਨਾਂ ਦਾ ਜਿਹੜਾ ਵਿਕਾਸ ਹੈ ਉਹ ਇੱਕ ਬੜਾ ਲੰਬਾ ਪੜਾ ਹੈ ਹਰ ਲਿਪੀ ਦਾ ਹਰ ਭਾਸ਼ਾ ਦਾ ਹਰ ਇੱਕ ਲਿਪੀ ਦੇ ਵਿੱਚ ਹਰ ਇੱਕ ਭਾਸ਼ਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਹਿਲਾਂ ਅੱਖਰ ਘੱਟ ਸੀ ਉਹਦੇ ਵਿੱਚ ਅੱਖਰ ਜੁੜਦੇ ਗਏ ਉਹ ਵਿਕਾਸ ਕਰਦੇ ਬਦਲਾਵ ਹੁੰਦਾ ਉਹਨਾਂ ਦਾ ਬਦਲਾਵ ਜਿਹੜਾ ਉਹਨਾਂ ਦੇ ਵਿੱਚ ਸੁਭਾਵਿਕ ਸੀ ਪਰ ਅੱਜ ਅਸੀਂ ਦੇਖਦੇ ਹਾਂ ਕਿ ਸਿਰਫ ਇੱਕ 35 ਅੱਖਰੀ ਸਾਡੇ ਪਾਸ ਹੈ ਜਿਹੜੀ ਅਸੀਂ ਆਮ ਕਾਇਦਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਪਰ ਹੁਣ ਜਿਹੜੇ ਕਾਇਦੇ ਸਾਡੇ ਕੋਲ ਜਿਹੜੇ ਬਾਲ ਬੋਧ ਆਉਣੇ ਸ਼ੁਰੂ ਹੋ ਗਏ ਨੇ ਉਹਦੇ ਵਿੱਚ ਥੱਲੇ ਪੈਰੀ ਬਿੰਦੀ ਵਾਲੇ ਅੱਖਰ ਜਿਹੜੇ ਨੇ ਜਿਹੜਾ ਕਿਹਾ ਜਾਂਦਾ ਕਿ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਦੀ ਦੇਣ ਹੈ ਇਹ 20ਵੀਂ ਸਦੀ ਦੇ ਵਿੱਚ ਉਹ ਸਾਡੀ ਝੋਲੀ 6 ਅੱਖਰ ਹੋਰ ਐਡ ਹੋ ਗਏ ਪਰ ਜਿਹੜਾ ਮੇਰਾ ਸਵਾਲ ਇੱਥੇ ਉਹ ਇਹ ਬਣਦਾ ਕਿ ਕੁਛ ਜਿਹੜੇ ਐਸੇ ਸਾਡੇ ਗੁਰਸਿੱਖ ਵੀਰ ਨੇ ਜਾਂ ਸੰਗਤ ਦੇ ਵਿੱਚੋਂ ਕੁਛ ਪ੍ਰੇਮੀ ਨੇ ਜਿਹੜੇ ਇਸ ਗੱਲ ਨੂੰ ਲੈ ਕੇ ਚੱਲਦੇ ਨੇ ਇਹਦੀ ਪ੍ਰੋੜਤਾ ਕਰਦੇ ਨੇ ਕਿ ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ ਗੁਰਬਾਣੀ ਦੀ ਇਸ ਪੰਕਤੀ ਨੂੰ ਆਧਾਰ ਬਣਾ ਕੇ ਕਿ ਜੋ ਅੱਖਰ ਗੁਰਬਾਣੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਤੇ ਗਏ ਨੇ ਸਿਰਫ ਮੈਂ ਉਹਨਾਂ ਨੂੰ ਹੀ ਲੈ ਕੇ ਚੱਲਣਾ ਅਤੇ ਉਹਨਾਂ ਦੀ ਜੋ ਉਸ ਵੇਲੇ ਜੋ ਸਾਹਮਣੇ ਜੋ ਦਿੱਖ ਹੈ ਲਿਪੀ ਦੀ ਜੋ ਬਣਾਵਟ ਹੈ ਜਾਂ ਉਹ ਜੋ ਲਿਖਿਆ ਗਿਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਬਿੰਦੀ ਪੈਰਾਂ ਦੇ ਵਿੱਚ ਜਾਂ ਉੱਤੇ ਕਿਤੇ ਲਗਾ ਕੇ ਮੈਂ ਉਹਦਾ ਉਚਾਰਨ ਨਹੀਂ ਕਰਨਾ ਇਹ ਕਿੱਥੇ ਤੱਕ ਠੀਕ ਹੈ ਜੇਕਰ ਅਸੀਂ ਅਗਰ ਬਿੰਦੀ ਪੈਰਾਂ ਦੇ ਵਿੱਚ ਨਹੀਂ ਲਾਉਂਦੇ ਤਾਂ ਕੁਛ ਸ਼ਬਦਾਂ ਦਾ ਉਚਾਰਨ ਜਿਹੜਾ ਉਹ ਠੀਕ ਹੁੰਦਾ ਅਸੀਂ ਮੰਨਦੇ ਹਾਂ ਕਿ ਠੀਕ ਚੱਲ ਰਹੇ ਹੋ ਗੱਲ ਪੈਰਾਂ ਵਿੱਚ ਬਿੰਦੀ ਦੀ ਹੈ ਜਾਂ ਉੱਪਰ ਦੇ ਬਿੰਦੀ ਦੀ ਹੁਣ ਤੁਸੀਂ ਇੱਕ ਪੰਕਤੀ ਉਚਾਰਨ ਕੀਤੀ ਅੱਖਰ ਲਿਖੇ ਸਹੀ ਗਾਵਾਂ ਹਾਂ ਪਰ ਉੱਥੇ ਗਾਵਾਂ ਦੇ ਵਿੱਚ ਬਿੰਦੀ ਨਹੀਂ ਹੈ ਬਿੰਦੀ ਨਹੀਂ ਹੈ ਪਰ ਤੁਸੀਂ ਉਚਾਰਨ ਕੀਤਾ ਹਾਂਜੀ ਹਾਂਜੀ ਜਿਹੜੇ ਸੱਜਣ ਇਹ ਗੱਲ ਕਹਿੰਦੇ ਨੇ ਉਹਨਾਂ ਨੂੰ ਆਪ ਹੀ ਇੱਥੇ ਗੱਲ ਸਮਝ ਚਾਹੀਦੀ ਹਾਂਜੀ 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 ਕਿ ਉਹ ਗਾਵਾਂ ਨੂੰ ਗਾਵਾਂ ਪੜ੍ਹ ਰਹੇ ਨੇ ਇਹਦਾ ਮਤਲਬ ਕਿਤੇ ਨਾ ਕਿਤੇ ਜ਼ਰੂਰਤ ਹੈ ਹਾਂ
ਅਸੀਂ ਇੱਕ ਸ਼ਬਦ ਪੜ੍ਹਦੇ ਹਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਾ ਤਾਂ ਖੁਸ਼ੀਆਂ ਦੇ ਪੈਰ ਹੇਠ ਬਿੰਦੀ ਸੱਸੇ ਦੇ ਪੈਰੇ ਬਿੰਦੀ ਨਾ ਪਾਤਸ਼ਾਹੀਆਂ ਦੇ ਸੱਸੇ ਪੈਰ ਹੇਠ ਬਿੰਦੀ ਤੇ ਜੇ ਬਿੰਦੀ ਤੋਂ ਬਿਨਾਂ ਉਚਾਰਨ ਕਰੋਗੇ ਤੇ ਉਹ ਅਰਥ ਬਿਲਕੁਲ ਦੂਜੇ ਹੋ ਜਾਣਗੇ ਇਹ ਚੀਜ਼ ਜਿਹੜੀ ਕਿਤੇ ਨਾ ਕਿਤੇ ਦੇਖੋ ਵਿਆਕਰਣ ਗੁਰਬਾਣੀ ਦੀ ਵਿਆਕਰਣ ਪਸਰ ਸਾਹਿਬ ਸਿੰਘ ਜੀ ਦੀ ਲਿਖੀ ਹੋਈ ਬੜੀ ਮਿਹਨਤ ਨਾਲ ਉਹਨਾਂ ਨੇ ਇਹ ਕੰਮ ਕੀਤਾ ਬੜੇ ਪੁਰਾਣੇ ਸਮੇਂ ਜਦੋਂ ਉਹਨਾਂ ਨੇ ਉਹ ਕੰਮ ਕੀਤਾ ਉਸ ਵਕਤ ਉਹਨਾਂ ਨੂੰ 1,000 ਰੁਪਇਆ ਇਨਾਮ ਮਿਲਿਆ ਸੀ ਇਸ ਗੁਰਬਾਣੀ ਵਿਆਕਰਨ ਬਹੁਤ ਬਹੁਤ ਵੱਡੀ ਚੀਜ਼ ਸੀ ਉਸ ਵੱਡੇ ਵਕਤ 1,000 ਰੁਪਇਆ ਬੜੀ ਵੱਡੀ ਗੱਲ ਇਹਦਾ ਮਤਲਬ ਉਹਨਾਂ ਦੀ ਮਿਹਨਤ ਕੀਤੀ ਉਹਨਾਂ ਨੇ ਗੁਰਬਾਣੀ ਵਿਆਕਰਨ ਦੀ ਮਿਹਨਤ ਕੀਤੀ ਔਰ ਬਾਅਦ ਵਿੱਚ ਸਾਰੀ ਗੁਰਬਾਣੀ ਦੇ ਅਰਥ ਜਿਹੜੇ ਨੇ ਔਰ ਗੁਰਬਾਣੀ ਵਿਆਕਰਨ ਦੇ ਅਕੋਰਡਿੰਗ ਸਾਡੇ ਵਿੱਚ ਗਲਤੀ ਕਿਤੇ ਇਸ ਤਰ੍ਹਾਂ ਦੀ ਹੋ ਜਾਂਦੀ ਜਦੋਂ ਅਸੀਂ ਪੰਜਾਬੀ ਤੇ ਗੁਰਬਾਣੀ ਦੀ ਵਿਆਕਰਨ ਨੂੰ ਮਿਕਸ ਕਰ ਜਾਂਦੇ ਇਹ ਬੜਾ ਫਰਕ ਦੋਨੋਂ ਵੱਖਰੇ ਵੱਖਰੇ ਪੰਜਾਬੀ ਵਿਆਕਰਨ ਆਪਣੀ ਜਗ੍ਹਾ ਤੇ ਹਾਂਜੀ ਹਾਂਜੀ ਗੁਰਬਾਣੀ ਵਿਆਕਰਨ ਆਪਣੀ ਬਿਲਕੁਲ ਹੁਣ ਗੁਰਬਾਣੀ ਦੇ ਵਿੱਚ ਕਈ ਅੱਖਰ ਸਾਨੂੰ ਐਸੇ ਮਿਲਣਗੇ ਜਿਹਦੇ ਚ ਇੱਕ ਅੱਖਰ ਦੇ ਉੱਪਰ ਦੋ ਮਾਤਰਾਵਾਂ ਨੇ ਬਿਲਕੁਲ ਉੱਪਰ ਹੋੜਾ ਵੀ ਆ ਹਾਂਜੀ ਹਾਂਜੀ ਥੱਲੇ ਔਂਕੜ ਵੀ ਔਂਕੜ ਵੀ ਹੈ ਬਿਲਕੁਲ ਉਚਾਰਨ ਇੱਕ ਦਾ ਹੋਏਗਾ ਦੂਸਰੀ ਮਾਤਰਾ ਅਰਥਾਂ ਦੇ ਵਾਸਤੇ ਹੈ ਅਰਥਾਂ ਦੇ ਵਾਸਤੇ ਜਿਹੜੇ ਨਿਤਨੇਮ ਦੀ ਬਾਣੀ ਪੜ੍ਹਦੇ ਨੇ ਸੋਹਲਾ ਸਾਹਿਬ ਦੀ ਬਾਣੀ ਰਾਤ ਨੂੰ ਪੜ੍ਹਦੇ ਨੇ ਅਨਦਿਨੋ ਸ਼ਬਦ ਆਉਂਦਾ ਅਨਦਿਨੋ ਉਹਦੇ ਵਿੱਚ ਦੋ ਮਾਤਰਾ ਦੋ ਮਾਤਰਾਵਾਂ ਨੇ ਉਹਨੂੰ ਪੜਿਆ ਕਿਵੇਂ ਜਾਏਗਾ ਅੱਖਰ ਲਿਖੇ ਸਹੀ ਗਾਵਾਂ ਵਾਲੀ ਜੇ ਆਪਾਂ ਗੱਲ ਕਰੇਗਾ ਦੋ ਮਾਤਰਾਵਾਂ ਨੂੰ ਪੜ੍ਹ ਹੀ ਨਹੀਂ ਸਕਦੇ ਪੜ੍ਹ ਸਕਦੇ ਬੜੀ ਜਗ੍ਹਾ ਤੇ ਐਸਾ ਸ਼ਬਦ ਗੋਪਾਲ ਸ਼ਬਦ ਆਉਂਦਾ ਬੜੀ ਜਗ੍ਹਾ ਤੇ ਆਉਂਦਾ ਜਿਹਦੇ ਵਿੱਚ ਗੱਗੇ ਦੇ ਹੋੜਾ ਵੀ ਹੈ ਤੇ ਥੱਲੇ ਔਂਕੜ ਵੀ ਬਿਲਕੁਲ ਬਿਲਕੁਲ ਬੜੇ ਹੋਰ ਅੱਖਰ ਐਸੇ ਮਿਲਦੇ ਜਿਹਦੇ ਤੇ ਇੱਕ ਅੱਖਰ ਤੇ ਕੇਵਲ ਗੁਰਬਾਣੀ ਵਿੱਚ ਹੈ ਹਾਂਜੀ 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 ਪੰਜਾਬੀ ਵਿੱਚ ਤੁਹਾਨੂੰ ਕਿਤੇ ਨਹੀਂ ਮਿਲੇਗਾ ਕਿ ਸਰਪੁਰ ਦੋ ਮਾਤਰਾਵਾਂ ਮੁਤਰਾਵਾਂ ਬਿਲਕੁਲ ਸਾਹਿਤ ਦੇ ਵਿੱਚ ਨਹੀਂ ਮਿਲਣਗੀਆਂ ਕਿਤੇ ਵੀ ਪੰਜਾਬੀ ਸਾਹਿਤ ਵਿੱਚ ਨਹੀਂ ਮਿਲਣਗੀਆਂ ਨਹੀਂ ਮਿਲਣਗੀਆਂ ਇਹ ਕੇਵਲ ਗੁਰਬਾਣੀ ਵਿੱਚ ਨੇ ਬਿਲਕੁਲ ਤੇ ਇਹਦਾ ਮਤਲਬ ਇਹ ਹੈ ਕਿ ਦੋ ਮਾਤਰਾਵਾਂ ਦਾ ਇੱਕ ਉਚਾਰਨ ਦੇ ਲਈ ਹੈ ਤੇ ਦੂਜੀ ਅਰਥਾਂ ਦੇ ਲਈ ਹੈ ਅੱਛਾ ਇਹਦੇ ਵਿੱਚ ਇਹ ਗੱਲ ਸਾਡੇ ਸਾਹਮਣੇ ਆਉਂਦੀ ਹੈ ਕਿ ਜਿਹੜੀ ਪੰਜਾਬੀ ਸਾਹਿਤ ਦੀ ਜਿਹੜੀ ਭਾਸ਼ਾ ਉਹ ਵੱਖਰੀ ਹੈ ਗੁਰਬਾਣੀ ਦੀ ਭਾਸ਼ਾ ਵੱਖਰੀ ਹੈ ਕਿਉਂਕਿ ਗੁਰਬਾਣੀ ਗੁਰੂ ਸਾਹਿਬ ਨੇ ਲਿਖੀ ਹੈ ਅਸੀਂ ਉਸ ਨੂੰ ਕਿਸੇ ਵੀ ਤਰ੍ਹਾਂ ਬਦਲ ਨਹੀਂ ਸਕਦੇ ਉਹ ਵੱਖਰੀ ਗੱਲ ਹੈ ਕਿ ਉਹਦੇ ਅਰਥ ਅਸੀਂ ਕਰਦੇ ਹਾਂ ਕਿਉਂਕਿ ਗੁਰਬਾਣੀ ਜੋ ਹੈ ਉਹ ਬਿਲਕੁਲ ਗੁਰੂ ਸਾਹਿਬ ਦੀ ਬਖਸ਼ੀ ਹੋਈ ਧੁਰੋਂ ਆਈ ਬਾਣੀ ਇਸ ਨੂੰ ਕਹਿੰਦੇ ਹਾਂ ਕਿ ਇਹਦੇ ਵਿੱਚ ਕੋਈ ਬਦਲਾਵ ਨਹੀਂ ਕੀਤਾ ਜਾ ਸਕਦਾ ਪਰ ਜੇਕਰ ਅਸੀਂ ਗੁਰਬਾਣੀ ਦਾ ਸਹੀ ਉਚਾਰਨ ਕਰਨਾ ਜਾਂ ਅਸੀਂ ਗੁਰਬਾਣੀ ਦੇ ਸਹੀ ਅਰਥ ਸਮਝ ਰਹੇ ਹਾਂ ਸਹੀ ਅੱਖਰ ਉਹਦੇ ਸਮਝਦੇ ਹੋਏ ਹਾਂ ਉਹ ਉਹਨੂੰ ਅਸੀਂ ਸਹੀ ਢੰਗ ਨਾਲ ਪੜ੍ਹਨਾ ਚਾਹੁੰਦੇ ਹਾਂ ਤਾਂ ਕਿ ਸਾਡਾ ਇਹ ਫਰਜ਼ ਨਹੀਂ ਬਣਦਾ ਕਿ ਜਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰਮੁਖੀ ਲਿਪੀ ਦਾ ਵਿਕਾਸ ਕੀਤਾ ਗੁਰਮੁਖੀ ਲਿਪੀ ਦਾ ਪ੍ਰਚਾਰ ਕੀਤਾ ਅਸੀਂ ਗੁਰਬਾਣੀ ਵਿਆਕਰਨ ਦਾ ਪ੍ਰਚਾਰ ਕਰੀਏ ਗੁਰਦੁਆਰਿਆਂ ਦੇ ਵਿੱਚ ਅੱਜ ਭਾਵੇਂ ਉਹ ਬੱਚਿਆਂ ਦੇ ਸਿਲੇਬਸ ਦੇ ਵਿੱਚ ਪਾਇਆ ਜਾਏ ਜਾਂ ਗੁਰਦੁਆਰੇ ਦੇ ਵਿੱਚ ਕੋਈ ਵੱਖਰੀ ਕਲਾਸ ਲਾਈ ਜਾਏ ਜਿਹਦੇ ਵਿੱਚ ਉਹਨਾਂ ਨੂੰ ਗੁਰਬਾਣੀ ਵਿਆਕਰਨ ਦੇ ਨਾਲ ਜੋੜ ਕੇ ਇਹ ਗਿਆਨ ਦਿੱਤਾ ਜਾਏ ਸੇਧ ਦਿੱਤੀ ਜਾਏ ਕਿ ਇਹ ਜਿਹੜੇ ਅੱਖਰ ਨੇ ਇਹ ਜਿਹੜੀਆਂ ਮਾਤਰਾਵਾਂ ਨੇ ਇਹ ਜਿਹੜੇ ਉਚਾਰਨ ਇਹਦਾ ਕਰਨਾ ਇਹ ਕਿਸ ਤਰੀਕੇ ਇਹ ਕਿਉਂ ਮਾਤਰਾ ਕਿੱਥੇ ਕਿਸ ਕਰਕੇ ਲਗਾਈ ਗਈ ਹੈ ਇਹ ਇੱਕ ਸਿਲੇਬਸ ਦੇ ਰੂਪ ਦੇ ਵਿੱਚ ਤੁਹਾਡਾ ਕੀ ਵਿਚਾਰ ਹੈ ਇਹਦੇ 'ਤੇ ਇਹ ਕੰਮ ਨਹੀਂ ਹੋਣਾ ਚਾਹੀਦਾ ਪਹਿਲੇ ਤਾਂ ਤੁਹਾਨੂੰ ਜਿਹੜੇ ਸੇਵਾਦਾਰ ਗ੍ਰੰਥੀ ਨੇ ਉਹਨਾਂ ਦੀਆਂ ਕਲਾਸਾਂ ਲੈਣੀਆਂ ਪੈਣੀਆਂ ਹਾਂ ਬਹੁਤ ਜ਼ਰੂਰ ਲਗਾਉਣਗੇ ਬਾਅਦ ਵਿੱਚ ਹਾਂਜੀ 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 ਪਹਿਲੇ ਤੁਹਾਨੂੰ ਅੱਜ ਦੀ ਤਾਰੀਖ 'ਚ ਉਹਨਾਂ ਦੀਆਂ ਕਲਾਸਾਂ ਲਗਾਉਣੀਆਂ ਪੈਣਗੀਆਂ ਜਿਹੜੇ ਉੱਥੇ ਇਸ ਵੇਲੇ ਸੇਵਾ 'ਤੇ ਸੇਵਾ 'ਤੇ ਉਹਨਾਂ ਵਿੱਚੋਂ ਮਹਾਰਾਜ ਮੈਂ ਕੋਈ ਬਹੁਤ ਵੱਡਾ ਵਿਦਵਾਨ ਨਹੀਂ ਹਾਂ ਨਾ ਮੈਂ ਕੋਈ ਆਪਣੇ ਆਪ ਨੂੰ ਸਮਝਦਾ ਪਰ ਅੱਜ ਸਾਡੇ ਗੁਰਦੁਆਰਿਆਂ ਦੇ ਵਿੱਚ ਬਹੁਤ ਘੱਟ ਤੁਹਾਨੂੰ ਗ੍ਰੰਥੀ ਸਿੰਘ ਜਾਂ ਸੇਵਾਦਾਰ ਐਸੇ ਮਿਲਣਗੇ ਜਿਨ੍ਹਾਂ ਨੂੰ ਗੁਰਬਾਣੀ ਦੀ ਇਸ ਤਰੀਕੇ ਦੇ ਨਾਲ ਜਾਣਕਾਰੀ ਹੋਏਗੀ ਨਹੀਂ ਇਹ ਕਹਿ ਸਕਦੇ ਹਾਂ ਅਸੀਂ ਕਿ ਜਿਨ੍ਹਾਂ ਨੇ ਇਹ ਕੋਈ ਕੋਰਸ ਕੀਤਾ ਹੋਏਗਾ ਕੋਰਸ ਵਾਲੇ ਨਹੀਂ ਹੈਗੇ ਹੁਣ ਜਿੱਥੇ ਤੁਸੀਂ ਗੱਲ ਕਰਦੇ ਪਏ ਆਪਾਂ ਮਾਤਰਾਵਾਂ ਦੀ ਬੋਲਣ ਦੀ ਉਚਾਰਨ ਦੀ ਤਾਂ ਉਸ ਵਕਤ ਬਿੰਦੀ ਦਾ ਉਚਾਰਨ ਬਹੁਤ ਘੱਟ ਇਸਤੇਮਾਲ ਹੁੰਦਾ ਸੀ ਹਾਂਜੀ ਦਸਮ ਪਾਤਸ਼ਾਹ ਦੀ ਬਾਣੀ ਵੇਲੇ ਆਉਂਦਿਆਂ ਦਸਮ ਪਾਤਸ਼ਾਹ ਦੀ ਬਾਣੀ ਵੇਲੇ ਆਉਂਦਿਆਂ ਬਿੰਦੀ ਦਾ ਉਚਾਰਨ ਆ ਜਾਂਦਾ ਕਿਉਂਕਿ ਉੱਥੇ ਫਾਰਸੀ ਭਾਸ਼ਾ ਦਾ ਪ੍ਰਭਾਵ ਆ ਰਿਹਾ ਆ ਜਾਂਦਾ ਪਹਿਲੇ ਨਹੀਂ ਸੀਗਾ ਹਾਂਜੀ ਤੇ ਇਸ ਕਰਕੇ ਜਦੋਂ ਆਪਾਂ ਇਸ ਗੱਲ ਕਰਦੇ ਵੀ ਇਹਨੂੰ ਕਿਵੇਂ ਕੀਤਾ ਜਾਂਦਾ ਹੁਣ ਇੱਕ ਲਫ਼ਜ਼ ਗੁਰਬਾਣੀ ਦੇ ਵਿੱਚ ਆਪਾਂ ਨੂੰ ਆਪਣੇ ਆਪ ਪਤਾ ਲੱਗ ਜਾਂਦਾ ਬਈ ਜਦੋਂ ਆਪਾਂ ਬਾਣੀ ਪੜ੍ਹ ਰਹੇ ਹਾਂ ਹੁਣ ਸੇਰ ਲਫ਼ਜ਼ ਆਉਂਦਾ ਹੈ ਸੇਰ ਦਾ ਅਰਥ ਹੈ ਸੇਰ ਸਵਾ ਸੇਰ ਦੀ ਵਜਨ ਦੀ ਗੱਲ ਵਜਨ ਦੀ ਗੱਲ ਵਜਨ ਵਾਸਤੇ ਆਇਆ ਮੈਂ ਕਹਿੰਦਾ ਉਹ ਬੰਦਾ ਉਦੋਂ ਤੋਂ ਵੀ ਸਵਾ ਸੇਰ ਹਾਂ ਬਿਲਕੁਲ ਸੇਰ ਦੀ ਗੱਲ ਸੇਰ ਉਸ ਟਾਈਮ ਕਿਲੋ ਕਹਿੰਦੇ ਸੀ ਨਾ ਕਿਲੋ ਹੁਣ ਉਦੋਂ ਦਾ ਸੇਰ ਅੱਜ ਦਾ ਕਿਲੋਗ੍ਰਾਮ ਅੱਜ ਕਿਲੋਗ੍ਰਾਮ ਕਹਿ ਲਈ ਪਰ ਉਹਨੂੰ ਸੇਰ ਉਚਾਰਨ ਲਿਖਿਆ ਗਿਆ ਔਰ ਪੜਿਆ ਵੀ ਸੇਰ ਜਾਂਦਾ ਔਰ ਪੜਿਆ ਵੀ ਸੇਰ ਹੀ ਹੈ ਅਰਥ ਵੀ ਸੇਰ ਹੀ ਸੇਰ ਹੀ ਹੈ ਇੱਕ ਜਦੋਂ ਆਪਾਂ ਜਾਨਵਰ ਦੀ ਗੱਲ ਕਰਦੇ ਹਾਂ ਸ਼ੇਰ ਦੀ ਉਹ ਵੀ ਸੇਰ ਲਿਖਿਆ ਬਿਲਕੁਲ ਉੱਥੇ ਵੀ ਸੇਰ ਲਿਖਿਆ ਉੱਥੇ ਵੀ ਸੇਰ ਲਿਖਿਆ ਤੇ ਜੇ ਦੋਨੋਂ ਦਾ ਪ੍ਰੋਨਾਂਸੀਏਸ਼ਨ ਇੱਕੋ ਜਿਹਾ ਤੇ ਫਿਰ ਅਰਥ ਕਿਹਦਾ ਇਹਦਾ ਮਤਲਬ ਕਿਤੇ ਨਾ ਕਿਤੇ ਬਿੰਦੀ ਦਾ ਉਚਾਰਨ ਨਹੀਂ ਸੀ ਪਰ ਬੋਲਣ ਵਿੱਚ ਉਦੋਂ ਵੀ ਸ਼ੇਰ ਹੀ ਬੋਲਿਆ ਜਾਂਦਾ ਸੀ ਉਦੋਂ ਇਹ ਅੱਖਰ ਨਹੀਂ ਸੀ ਨਾ ਜਿਹੜੇ 6 ਅੱਖਰ ਬਾਅਦ ਸਾਡੇ ਕੋਲ ਆਏ ਨੇ ਉਦੋਂ ਬਿੰਦੀ ਦੇ ਵਿੱਚ ਉਚਾਰਨ ਨਹੀਂ ਸੀ ਬਿੰਦੀ ਵਾਲੇ ਅੱਖਰ ਹਾਂਜੀ ਹਾਂਜੀ ਬਿੰਦੀ ਦਾ ਉਚਾਰਨ ਦਾ ਉਸ ਵਕਤ ਰੁਝਾਨ ਨਹੀਂ ਸੀ ਰੁਝਾਨ ਨਹੀਂ ਸੀ ਬਾਅਦ ਵਿੱਚ ਬਿੰਦੀ ਦਾ ਉਚਾਰਨ ਕੀਤਾ ਗਿਆ ਕਿ ਤਾਂ ਜੋ ਜਿਹੜੇ ਨੇ ਬਿੰਦੀਆਂ ਨੂੰ ਲਗਾ ਕੇ ਤੇ ਇਹਦਾ ਉਚਾਰਨ ਸਹੀ ਤਰੀਕੇ ਨਾਲ ਹੋ ਜਾਵੇ ਹੁਣ ਜਿਹੜੇ ਤੁਸੀਂ 6 ਅੱਖਰਾਂ ਦੀ ਗੱਲ ਕਰ ਰਹੇ ਹੋ ਭਾਈ ਕਾਨ ਸਿੰਘ ਜੀ ਵੇਲੇ ਹਾਂਜੀ ਉਹਨਾਂ ਦੇ ਥੱਲੇ ਬਿੰਦੀ
ਉਹਨੂੰ ਉਸ ਤਰੀਕੇ ਨਾਲ ਗੱਲ ਹੋ ਜਾਵੇ, ਐਕਸੈਂਟ ਜਜ਼ਬਾ ਹੋ ਜਾਵੇ, ਨਜ਼ਰ, ਹਾਂ ਉਹ ਇਸ ਤਰੀਕੇ ਨਾਲ ਗੱਲ ਕਰਦੇ ਜਾਵੇ, ਜ਼ਬਾਨ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਤਰ੍ਹਾਂ। ਅੱਛਾ ਇਹਦੇ ਵਿੱਚ ਗਰੀਬੁਲ ਖਰਾਜ਼ ਹੈ, ਹਾਂ ਆਪਾਂ ਪੜ੍ਹਦੇ ਹਾਂ ਗਰੀਬੁਲ ਖਰਾਜ਼, ਬਿਲਕੁਲ ਬਿਲਕੁਲ, ਤੂੰ ਉਹਦੇ ਵਿੱਚ ਪੈਰ ਜਿਵੇਂ ਦੀ ਲੱਗਦੀ ਆ, ਉਹਦੇ ਤੇ ਮੈਕਸਿਮਮ ਸ਼ਬਦ ਐਸੇ ਹੋ ਜਾਂਦੇ ਜਿਹਦੇ ਪੈਰਾਂ ਦੇ ਵੀ ਬੰਦੇ, ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਸਮੇਂ ਦੇ ਨਾਲ ਨਾਲ ਬਦਲਾਅ ਹੈ, ਇਹਨੂੰ ਅਸੀਂ ਕਿਸੇ ਤਰੀਕੇ ਨਾਲ ਨਹੀਂ, ਇਦਾਂ ਗੁਰੂ ਸਾਹਿਬ ਦਾ ਆਪਾਂ ਅੱਜ ਪ੍ਰਕਾਸ਼ ਪੁਰਬ ਦੀ ਗੱਲ ਕਰ ਰਹੇ ਹਾਂ, ਹਾਂਜੀ ਹਾਂਜੀ, ਗੁਰੂ ਸਾਹਿਬ ਨੇ ਬੜਾ ਵਧੀਆ ਕੰਮ ਕੀਤਾ, ਇਹਨੂੰ ਗੁਰਮੁਖੀ ਲਿਪੀ ਵੀ ਤਾਂ ਹੀ ਕਿਹਾ ਜਾਂਦਾ, ਹਾਂਜੀ ਹਾਂਜੀ ਹਾਂਜੀ, ਕਿ ਗੁਰੂਆਂ ਤੋਂ ਮੰਨੀ ਜਾਂਦੀ ਹੈ, ਗੁਰੂਆਂ ਦੇ ਮੁਖਾਂ ਦੇ ਵਿੱਚੋਂ ਉਚਾਰੀ ਹੋਈ ਜਿਹੜੀ, ਹਰ ਭਾਸ਼ਾ ਦੀ ਆਪਣੀ ਆਪਣੀ ਲਿਪੀ ਹੈ, ਹਾਂਜੀ ਹਾਂਜੀ, ਸੰਸਕ੍ਰਿਤ ਦੀ ਲਿਪੀ ਦੇਵਨਾਗਰੀ ਹੈ, ਉਹ ਵੀ ਮੰਨਦੇ ਨੇ ਕਿ ਇਹ ਬ੍ਰਹਮਾ ਲਿਪੀ ਹੈ ਜੀ, ਉਹਦੇ ਤੋਂ ਆਉਂਦੀ ਹੈ ਦੇਵਨਾਗਰੀ, ਦੇਵੀ ਦੇਵਤਿਆਂ ਦੀ ਭਾਸ਼ਾ ਹੈ, ਹਾਂਜੀ ਹਾਂਜੀ, ਤੋਂ ਹਰ ਵਿਅਕਤੀ ਹਰ ਲਿਪੀ ਜਿਹੜੀ ਹੈ ਤਾਂ ਆਪਣੇ ਧਰਮ ਦੇ ਆਪਣੇ ਮੋਢੀਆਂ ਦੇ ਨਾਮ ਤੇ, ਇਸੇ ਕਰਕੇ ਗੁਰਮੁਖੀ ਲਿਪੀ ਨੂੰ ਵੀ, ਲਿਪੀ ਦਾ ਅਰਥ ਕੀ ਹੁੰਦਾ, ਹਾਂਜੀ ਹਾਂਜੀ, ਲਿਖਣ ਦੀ ਕਿਰਿਆ, ਬਿਲਕੁਲ ਬਿਲਕੁਲ, ਲਿਖਣ ਦੀ ਕਿਰਿਆ, ਤੇ ਗੁਰੂ ਸਾਹਿਬ ਨੇ ਲਿਖਿਆ ਤੇ ਇਸ ਕਰਕੇ ਗੁਰਮੁਖੀ ਲਿਪੀ ਇੱਕ ਸਤਿਕਾਰ ਨਾਲ ਸੀ, ਹੁਣ ਪੰਜਾਬੀ ਬੋਲੀ ਜਿਹੜੇ ਪਾਕਿਸਤਾਨ ਚ ਬੋਲਦੇ ਨੇ ਉਹ ਸ਼ਾਹਮੁਖੀ ਲਿਪੀ ਇਸਤੇਮਾਲ ਕਰਦੇ ਨੇ, ਉੱਥੇ ਗੁਰਮੁਖੀ ਲਿਪੀ ਨਹੀਂ ਹੈ, ਉਹ ਲਿਪੀ ਅਲੱਗ ਹੈ, ਪਰ ਬੋਲ ਲੰਡੇ ਵਾਲੀ, ਅੱਜ ਵੀ ਪੁਰਾਣੇ ਜਿਹੜੇ ਹੈਗੇ ਨੇ ਉਹ ਲੰਡੇ ਲਿਖਦੇ ਨੇ, ਲਿਖਦੇ ਨੇ, ਬਿਲਕੁਲ ਲਿਖਦੇ, ਪਰ ਉਹ ਇੱਕ ਅਲੱਗ ਚੀਜ਼ ਹੈ, ਇਹ ਗੁਰਮੁਖੀ ਲਿਪੀ ਹੈ, ਇਹ ਗੁਰੂ ਸਾਹਿਬਾਨ ਦੀ ਹੈ, ਕਹਿਣ ਤੋਂ ਭਾਵ ਹੈ ਕਿ ਇਹ ਉੱਥੋਂ ਹੀ ਚੱਲਦੀ ਹੋਈ ਵਿਕਾਸ ਕਰ ਰਹੀ ਹੈ, ਬਿਲਕੁਲ, ਤੇ ਜੇ ਇਸ ਵਿਕਾਸ ਦੇ ਪੜਾਅ ਨੂੰ ਅੱਜ ਅਸੀਂ ਦੇਖਦੇ ਹਾਂ, ਤੇ ਅੱਜ ਸਾਡੇ ਵਿਕਾਸ ਦੇ ਪੜਾਅ ਦੇ ਵਿੱਚ ਦੇਖੋ ਪੰਜਾਬੀ ਦੇ ਵਿੱਚ ਕਿੰਨਾ ਕੁਛ ਰਲਾ ਆਇਆ, ਅੱਜ ਤਾਂ ਅਸੀਂ ਬੜੀ ਦੂਰ ਚਲੇ ਗਏ, ਬਹੁਤ ਦੂਰ, ਦੇਖੋ ਉਹਦੇ ਵਿੱਚ ਕੀ ਹੈਗਾ, ਪੰਜਾਬੀ ਨੂੰ ਭੁੱਲ ਹੀ ਗਏ ਹਾਂ ਅਸੀਂ, ਦੇਖੋ ਪਹਿਲੇ ਮੈਂ ਕੁਛ ਗੱਲ ਕਰਦਾ, ਜਿਹੜੇ ਪੰਜਾਬੀ ਦੇ ਵਿੱਚ ਅਡੋਪਟ ਕੀਤੇ ਹੋਏ ਅੰਗਰੇਜ਼ੀ ਸ਼ਬਦ ਨੇ ਉਹ ਆ ਗਏ ਇਹਦੇ ਅੰਦਰ, ਅਸੀਂ ਜਦੋਂ ਗੱਲ ਕਰਦੇ ਹਾਂ ਟੀਚਰ, ਸਕੂਲ, ਲਾਇਬ੍ਰੇਰੀ, ਹੁਣ ਇਹ ਇੰਗਲਿਸ਼ ਦੇ ਅੱਖਰ ਨੇ ਔਰ ਐਜ਼ ਇਟ ਇਜ਼ ਜਿਹੜੇ ਨੇ ਅਡੋਪਟ ਕੀਤੇ ਨੇ ਉਹ ਵਰਤੇ ਵੀ ਜਾਂਦੇ ਨੇ, ਔਰ ਇਹਦੇ 'ਚ ਕਮਾਲ ਇਹ ਹੁੰਦਾ ਜਦੋਂ ਅਸੀਂ ਇਹਦਾ ਇੱਕ ਵਚਨ ਦਾ ਬਹੁ ਵਚਨ ਬਣਾਉਂਦੇ ਹਾਂ ਤੇ ਕੰਨਾਂ 'ਤੇ ਬਿੰਦੀ ਲਾ ਦਿੰਦੇ ਹਾਂ, ਟੀਚਰਾਂ ਹੈ ਨਾ, ਸਕੂਲਾਂ, ਲਾਇਬ੍ਰੇਰੀਆਂ, ਤੇ ਇਹ ਬੜੀ ਕਮਾਲ ਦੀ, ਅੱਛਾ ਜੇ ਅਸੀਂ ਇਹੋ ਜਿਹੀਆਂ ਚੀਜ਼ਾਂ ਨੂੰ ਐਕਸੈਪਟ ਕਰ ਰਹੇ ਹਾਂ ਤੇ ਅਸੀਂ ਇਸ ਗੱਲ ਨੂੰ ਕਿਉਂ ਨਹੀਂ ਐਕਸੈਪਟ ਕਰਦੇ ਕਿ ਜਿਹੜੇ ਇਹ 6 ਅੱਖਰ ਜਿਹੜੇ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਨੇ ਦਿੱਤੇ ਨੇ ਇਹ ਸਾਡੇ ਬਹੁਤ ਵੱਡੇ ਕੰਮ ਵਾਲੇ ਅੱਖਰ ਨੇ, ਪ੍ਰਵਾਨ ਕਰੀਏ ਅਸੀਂ, ਪ੍ਰਵਾਨ ਕਰਕੇ ਇਹਨੂੰ ਅਸੀਂ ਇਸ ਤਰ੍ਹਾਂ ਲੈ ਕੇ ਚੱਲੀਏ, ਪ੍ਰਵਾਨ ਕਰੀਏ ਇੱਥੇ ਇਹ ਗੱਲ ਅੱਜ ਕੀ ਹੋ ਰਿਹਾ, ਜਿਵੇਂ ਤੁਸੀਂ ਇੰਗਲਿਸ਼ ਦੇ ਸ਼ਬਦਾਂ ਦੀ ਗੱਲ ਕਰ ਰਹੇ ਹੋ, ਅੰਗਰੇਜ਼ੀ ਦੇ ਸ਼ਬਦਾਂ ਦੀ ਗੱਲ ਕਰ ਰਹੇ ਹੋ, ਜਿਹੜੇ ਅਸੀਂ ਆਮ ਗੱਲਬਾਤ ਦੀ, ਕਿਉਂਕਿ ਸਾਡੀ ਭਾਸ਼ਾ ਇੱਕ ਰਹਿ ਨਹੀਂ ਗਈ, ਇਸਤੇਮਾਲ ਹੋ ਜਾਂਦੇ ਨੇ, ਅਸੀਂ ਆਪਣੀ ਭਾਸ਼ਾ ਨੂੰ ਬਿਲਕੁਲ ਭੁੱਲਦੇ ਜਾ, ਹਾਂ ਮੇਰੇ ਖਿਆਲ ਪੰਜਾਬੀ ਹੀ ਸ਼ਾਇਦ ਕੋਈ ਇੱਕ ਐਸੀ ਕੌਮ ਹੋਏਗੀ ਜਿਹੜੀ ਆਪਣੀ ਭਾਸ਼ਾ ਤੋਂ ਅਵੇਸਲੀ ਹੋ ਗਈ ਹੈ, ਬਿਲਕੁਲ, ਤੁਸੀਂ ਕਿਤੇ ਦੱਖਣ ਭਾਰਤ ਦੇ ਵਿੱਚ ਜਾਓ ਉੱਥੋਂ ਦੇ ਲੋਕ ਆਪਣੀ ਮਾਂ ਬੋਲੀ ਦੇ ਨਾਲ ਬੜਾ ਪਿਆਰ ਕਰਦੇ ਨੇ, ਬਿਲਕੁਲ ਬਿਲਕੁਲ, ਇੱਕੋ ਇੱਕ ਪੰਜਾਬੀ ਨੇ ਜਿਹੜੀ ਆਪਣੀ ਮਾਂ ਬੋਲੀ ਦੀ ਪਰਵਾਹ ਨਹੀਂ ਕਰਦੇ, ਇਹ ਤਾਂ ਮੈਂ ਇੱਕ ਵੱਡਾ ਉਦਾਹਰਣ ਤੁਹਾਨੂੰ ਦਿੰਦਾ ਵਾਂ, ਤੁਸੀਂ ਪਿੱਛੇ ਯਾਦ ਹੋਏਗਾ ਕਿ ਚਾਈਨਾ ਦੇ ਵਿੱਚ ਓਲੰਪਿਕਸ ਹੋਏ ਸੀ, ਦੁਨੀਆ ਭਰ ਦੇ ਦੇਸ਼ ਜਿਹੜੇ ਨੇ ਉਹਨਾਂ ਨੂੰ ਆਪਣੇ ਦੇਸ਼ਾਂ ਦੇ ਅੰਦਰ ਓਲੰਪਿਕ ਦੇ ਲਾਈਵ ਟੈਲੀਕਾਸਟ ਵਾਸਤੇ ਇੰਟਰਪ੍ਰੇਟਰ ਰੱਖਣੇ ਪਏ ਸੀ, ਉਹਨਾਂ ਨੇ ਜਿਤਨਾ ਵੀ ਲਾਈਵ ਟੈਲੀਕਾਸਟ ਦੀ ਕਮੈਂਟਰੀ ਕੀਤੀ ਸੀ ਆਪਣੀ ਭਾਸ਼ਾ ਦੇ ਵਿੱਚ ਕੀਤੀ ਸੀ, ਪੁਰਾਣੇ ਸਮਝ ਕਿਸੇ ਨੂੰ ਵੱਧ ਦੋ ਦਿੱਤੀ ਜਾਂਦੇ ਸੀ ਨਾ, ਤੇ ਉਹਨੂੰ ਕਹਿੰਦੇ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ, ਮਾਂ ਬੋਲੀ ਭੁੱਲ ਜਾਏ, ਇਹ ਤੋਂ ਵੱਧ ਅਸੀਂ ਆਪ ਹੀ ਭੁਲਾਈ ਜਾਂਦੇ ਹਾਂ, ਆਪ ਹੀ ਭੁਲਾਈ ਜਾਂਦੇ ਹਾਂ, ਬੜਾ ਵੱਡਾ ਕਵੀ ਹੈ ਪੰਜਾਬੀ ਦਾ ਸਾਡਾ, ਉਹਨੇ ਬੜੀ ਵਧੀਆ ਪੰਕਤੀਆਂ ਇਸ ਬਾਰੇ ਲਿਖੀਆਂ ਨੇ, ਕਹਿੰਦਾ ਹਰਫ ਪੁੱਛੇ ਨਾ ਜਿਨ੍ਹਾਂ ਨੇ ਬਾਤ ਤੇਰੀ ਮੇਰੀ, ਹਰਫ ਪੁੱਛੀ ਨਾ ਜਿਨ੍ਹਾਂ ਨੇ ਬਾਤ ਮੇਰੀ, ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ, ਜਿਨ੍ਹਾਂ ਨੇ ਮੇਰੀ ਮਾਂ ਨੂੰ ਆਪਣੀ ਮਾਂ ਨੂੰ ਭੁਲਾ ਦਿੱਤਾ, ਤੇ ਅੱਜ ਸਾਡੇ ਘਰਾਂ ਵਿੱਚ ਹਿੰਦੀ ਆਮ ਹੋ ਗਈ, ਅਸੀਂ ਤਾਂ ਦਿੱਲੀ 'ਚ ਰਹਿੰਦੇ ਹਾਂ, ਪੰਜਾਬ ਦੇ ਵਿੱਚ ਰਹਿਣ ਵਾਲੇ ਸਕੂਲਾਂ ਦੇ ਵਿੱਚ ਬੱਚੇ ਪੰਜਾਬੀ ਨਹੀਂ ਬੋਲ ਸਕਦੇ, ਉੱਥੇ ਦੇ ਬੱਚਿਆਂ ਨੂੰ ਪੰਜਾਬੀ ਬੋਲਣ ਦੀ ਜ਼ਰੂਰਤ ਨਹੀਂ, ਮੈਂ ਦੇਖਦਾ ਕਿ ਕਿਤੇ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਨੇ, ਇੱਥੇ ਜ਼ਿੰਮੇਵਾਰੀ ਜਿਹੜੀ ਸਾਡੀਆਂ ਵੱਡੀਆਂ ਜ਼ਿੰਮੇਵਾਰ ਨੇ, ਸਾਡੀ ਆਪਣੀ ਜ਼ਿੰਮੇਵਾਰੀ ਪਹਿਲਾਂ ਬਣਦੀ ਹੈ, ਕਦੇ ਘਰਾਂ ਦੇ ਅੰਦਰ ਹੀ ਪੰਜਾਬੀ ਨਹੀਂ ਬੋਲੀ ਜਾਂਦੀ, ਮਾਹੌਲ ਐਸੇ ਬਣਾ ਦਿੱਤੇ ਘਰਾਂ ਵਿੱਚ, ਇਹੋ ਜਿਹੇ ਮਾਹੌਲ ਬਣ ਗਏ ਨੇ। ਦੂਸਰਾ, ਜਿੱਥੇ ਤੱਕ ਮੈਂ ਸਮਝਦਾ ਕਿ ਕਿਉਂਕਿ ਇਹ ਜਿਹੜੇ ਸਾਡਾ ਇੱਕ ਕਲਚਰ ਹੈ ਨਾ 3 ਲੈਂਗੁਏਜ ਸਿਸਟਮ, ਇਸਨੇ ਸਾਡੀ ਇਸ ਭਾਸ਼ਾ ਨੂੰ ਬੜਾ ਨੁਕਸਾਨ ਪਹੁੰਚਾਇਆ, ਉਹਦੇ ਵਿੱਚ ਕੀ ਹੈ ਕਿ ਨਾ ਤਾਂ ਬੱਚੇ ਦੀ ਇੰਗਲਿਸ਼ 'ਚ ਪਕੜੇ, ਨਾ ਉਹਦੀ ਪੰਜਾਬੀ 'ਚ ਪਕੜੇ, ਨਾ ਉਹਦੀ ਹਿੰਦੀ 'ਚ ਪਕੜੇ, ਬਿਲਕੁਲ ਸਾਡੇ ਬੱਚੇ ਦੀ ਸਭ ਤੋਂ ਵੱਡੀ ਪ੍ਰੋਬਲਮ ਹੀ ਇਹੀ ਹੈ, ਇਹੋ ਹੀ ਭਾਸ਼ਾ, ਇਹੀ ਸਮੱਸਿਆ ਬਣਦੀ, ਘਰ 'ਚ ਅਸੀਂ ਪੰਜਾਬੀ ਬੋਲਦੇ ਹਾਂ, ਸਕੂਲ 'ਚ ਭਾਵੇਂ ਅਸੀਂ ਇੰਗਲਿਸ਼ ਮੀਡੀਅਮ 'ਚ ਪੜ੍ਹਾਈ ਹੈ ਪਰ ਉੱਥੇ ਬੋਲਦੇ ਹਿੰਦੀ ਨੇ, ਅਤੇ ਉੱਥੇ ਕਿਹਾ ਜਾਂਦਾ ਜ਼ੋਰ ਦਿੱਤਾ ਜਾਂਦਾ ਇੰਗਲਿਸ਼ ਬੋਲਣ ਦੇ ਉੱਤੇ, ਹੁਣ ਜਿਹੜੇ ਮਿਸ਼ਨਰੀ ਸਕੂਲ ਨੇ ਜਿਹੜੇ ਕ੍ਰਿਸ਼ਨ ਮਿਸ਼ਨਰੀ ਸਕੂਲ ਨੇ ਉਹਨਾਂ ਦਾ ਤਾਂ ਇੱਕੋ ਹੀ ਦਾਅਵਾ ਹੈ ਕਿ ਤੁਸੀਂ ਇੰਗਲਿਸ਼ ਹੀ ਬੋਲਣੀ, ਹੋਰ ਕੁਛ ਬੋਲਣਾ, ਹੋਰ ਕੁਛ ਬੋਲਣਾ, ਅਤੇ ਇਹ ਜਦ ਤੱਕ ਕਹਿੰਦੇ ਨਾ ਕਿ ਜਦ ਤੱਕ ਪ੍ਰਭਾਵ ਦੇ ਵਿੱਚ ਸੁਭਾਅ ਦੇ ਵਿੱਚ ਅਭਿਆਸ ਦੇ ਵਿੱਚ ਕੋਈ ਚੀਜ਼ ਨਹੀਂ ਆਉਂਦੀ ਤਾਂ ਉਹਦੀ ਪਕੜ ਜਿਹੜੀ ਹੌਲੀ ਹੌਲੀ ਜਿਹੜੀ ਹੈ ਉਹ ਖਤਮ ਹੁੰਦੀ ਜਾਂਦੀ ਹੈ, ਔਰ ਇਹੀ ਸਾਡੇ ਨਾਲ ਅੱਜ ਹੋ ਰਿਹਾ, ਸਾਡੇ ਬੱਚਿਆਂ ਨਾਲ ਹੋ ਰਿਹਾ,
ਉਹ ਸਾਡੀ ਪਕੜ ਜਿਹੜੀ ਹੈ ਪੰਜਾਬੀ ਆਪਣੀ ਭਾਸ਼ਾ ਦੇ ਵਿੱਚ ਨਹੀਂ ਰਹੀ ਕਿਉਂਕਿ ਅਸੀਂ ਉਹਨੂੰ ਅਭਿਆਸ ਦੇ ਵਿੱਚ ਨਹੀਂ ਲੈ ਕੇ ਆ ਰਹੇ ਤੇ ਇਹ ਬਹੁਤ ਜ਼ਰੂਰੀ ਹੈ ਸੰਗਤ ਜੀ ਜਿੱਥੇ ਅਸੀਂ ਗੁਰਪੁਰਬ ਮਨਾਉਣ ਦੇ ਵਾਸਤੇ ਆਪਾਂ ਗੱਲ ਕਰ ਰਹੀਏ ਗੁਰੂ ਸਾਹਿਬ ਦਾ ਗੁਰਪੁਰਬ ਮਨਾ ਰਹੇ ਹਾਂ ਤੇ ਆਪਣੇ ਆਪ ਨੂੰ ਗੁਰਮੁਖੀ ਲਿਪੀ ਦੇ ਸਾਂਝ ਵਧਾਈਏ ਇਹ ਗੁਰਪੁਰਬ ਮਨਾਇਆ ਸਾਡਾ ਤਾਂ ਤਾਂ ਸਫਲ ਮੈਂ ਇਹੀ ਬੇਨਤੀ ਸੰਗਤ ਨੂੰ ਕਰਨ ਲੱਗਾ ਸੀ ਸੰਗਤ ਜੀ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜੇ ਗੁਰੂ ਸਾਹਿਬ ਜੀ ਨੇ ਗੁਰਮੁਖੀ ਲਿਪੀ ਦਾ ਵਿਕਾਸ ਕੀਤਾ ਛੋਟੇ ਛੋਟੇ ਕਾਇਦੇ ਬਣਾ ਕੇ ਘਰੋਂ ਕਰੀ ਲੋਕਾਂ ਦਾ ਕਿਉਂਕਿ ਉਸ ਵੇਲੇ ਇੰਟਰਨੈਟ ਸਿਸਟਮ ਨਹੀਂ ਸੀ ਹੁੰਦਾ ਪਰ ਇਸ ਤਰ੍ਹਾਂ ਆਮ ਲੋਕਾਂ ਦੇ ਰਾਹੀਂ ਉਹਨਾਂ ਨੇ ਇਸ ਨੂੰ ਪ੍ਰਚਾਰਿਆ ਤੇ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਲਿਪੀ ਦੇ ਨਾਲ ਸਾਂਝ ਪਾਈਏ ਇਸ ਲਿਪੀ ਨੂੰ ਆਪਣੀ ਪੰਜਾਬੀ ਭਾਸ਼ਾ ਨੂੰ ਜਿਤਨਾ ਅਸੀਂ ਪ੍ਰਚਾਰ ਸਕਦੇ ਹਾਂ ਔਰ ਇਹਦੀ ਸ਼ੁਰੂਆਤ ਬਾਹਰੋਂ ਨਹੀਂ ਹੋਏਗੀ ਆਪਣੇ ਘਰੋਂ ਹੋਏਗੀ ਅਸੀਂ ਆਪ ਪੰਜਾਬੀ ਬੋਲੀਏ ਆਪਣੇ ਬੱਚਿਆਂ ਨਾਲ ਪੰਜਾਬੀ ਬੋਲੀਏ ਔਰ ਉਹਨਾਂ ਦੇ ਨਾਲ ਇਹ ਸ਼ਰਤ ਰੱਖੀਏ ਕਿ ਤੁਸੀਂ ਵੱਧ ਤੋਂ ਵੱਧ ਪੰਜਾਬੀ ਦੇ ਵਿੱਚ ਗੱਲ ਕਰਨੀ ਹੈ ਤਾਂ ਹੀ ਇਸ ਪੰਜਾਬੀ ਦਾ ਆਪਣੀ ਗੁਰਮੁਖੀ ਲਿਪੀ ਦਾ ਔਰ ਇਸ ਗੁਰਮੁਖੀ ਜੋ ਗੁਰੂਆਂ ਦੁਆਰਾ ਉਚਾਰੀ ਹੋਈ ਭਾਸ਼ਾ ਹੈ ਇਹਦਾ ਅਸੀਂ ਸੰਸਾਰ ਭਰ ਦੇ ਵਿੱਚ ਨਾਮ ਰੋਸ਼ਨ ਕਰ ਸਕਦੇ ਹਾਂ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਆਪ ਸਾਰਿਆਂ ਨੂੰ ਆਪ ਜੀ ਨੂੰ ਔਰ ਸਾਰਿਆਂ ਦਰਸ਼ਕਾਂ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਬੇਅੰਤ ਵਧਾਈਆਂ ਸੰਗਤ ਜੀ ਇਹ ਸੀ ਸਾਡਾ ਅੱਜ ਦਾ ਗਿਆਨ ਦੀ ਸਾਂਝ ਪ੍ਰੋਗਰਾਮ ਆਸ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਇਸ ਵੇਲੇ ਪ੍ਰੋਗਰਾਮ ਦਾ ਹੁਣ ਸਮਾਪਤੀ ਦਾ ਸਮਾਂ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਅਸੀਂ ਫਿਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਅਕਾਲ ਚੈਨਲ ਕਰੋ ਕਿਰਪਾ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ